द वे इज थोड़ा बहुत बहुत स्वागत है मैं थोड़ा होस्ट हरजोत सिंह प्रेसिडेंशियल इलेक्शन हमने रीसेंटली ख़त्म हो गई है हाली साढ़े कोई ऑफिशियल रिजल्ट नहीं है बट जिना जिन्हें रिजल्ट सामने आ रहे हैं उस तो यह लग रहा है कि शायद डेमोक्रेटिक कैंडिडेट वाइस प्रेसिडेंट जो प्रेसिडेंट इस इलैक्शन इस फतेह हासिल की उन्होंने बट ही कोई ऑफिशियल रिजल्ट सामने नहीं आया बट ਜੋ ਇੱਕ ਕਾਮਨ ਥੀਮ ਜਿਸ ਦੇ ਉੱਪਰ ਅਸੀਂ ਪਹਿਲਾਂ ਵੀ ਗੱਲ ਸ਼ੁਰੂ ਕੀਤੀ ਸੀ ਔਰ ਇਸ ਇਲੈਕਸ਼ਨ ਵਿੱਚ ਵੀ ਵੇਖੀ ਗਈ ਉਹ ਹੈ ਅਮਰੀਕਾ ਦਾ ਇੱਕ ਜਨਰਲ ਆਪੋਜੀਸ਼ਨ ਟੂ ਦ ਗੋਥ ਆਫ ਗਵਰਨਮੈਂਟ ਇੱਕ ਸਾਈਡ ਤੇ ਜਿਹੜੀ ਕਿ ਰਿਪਬਲਿਕਨ ਸਾਈਡ ਹੈ ਇਹ ਇਹ ਜਿਹੜੀ ਆਪੋਜੀਸ਼ਨ ਹੈ ਉਹ ਇੰਨੀ ਸਟਰੋਂਗ ਹੈ ਕਿ ਉਹ ਇਸ ਚੀਜ਼ ਨੂੰ ਵੀ ਪਸੰਦ ਨਹੀਂ ਕਰਦੇ ਕਿ ਗਵਰਨਮੈਂਟ ਉਹਨਾਂ ਨੂੰ ਕਿ ਇੱਕ ਕੋਵਿਡ ਜੈਸੇ ਪੈਂਡੈਮਿਕ ਵਿੱਚ तो मास्क पहन किबर्टी जी गवर्नमेंट तो रही है, और दूसरे पास थोड़ी जी जिस तरह वर्ड सुनते हैं सोशलिजम या जिम्मे प्रोग्रेसिव जो विंग है उन्होंने बहुत ज्यादा सपोर्ट जी है दिखती इस करके एक सेंट्रिस्ट कैंडीडेट जो बाइडन डेमोक्रेटिक प्राइमरीज उभर के बार आन देन और ए वेख्या गया है कि कुछ कॉन्स्टिट्यूएंसीज जेडी टिपिकली डेमोक्रेट्स नु वोट कर दिया उन्होंने इस बार ट्रंप नु वोट कीता है ए, 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 थोड़ी हैरानगी कई लोग इस यू नो इस खबर नु थोड़ी हैरानगी नाल रिसीव करंगे बट कई लैटिनोस कई ब्लैक्स कई एशियंस इंडियंस बहुत सारे लोग सिख कम्युनिटी तो उनोने ट्रम्प नु वोट कीता है और उस वो ਉਹਨਾਂ ਦੇ ਉਹਨਾਂ ਦੇ ਪਿੱਛੇ ਜਿਹੜੀ ਯੂ ਨੋ ਸੋਚ ਹੈ ਉਹ ਇਹ ਹੈ ਕਿ ਇਹ ਜਿਹੜੀ ਪ੍ਰੋਗਰੈਸਿਵ ਵਿੰਗ ਡੈਮੋਕ੍ਰੈਟਿਕ ਪਾਰਟੀ ਦੀ ਇਹ ਸਰਕਾਰ ਦਾ ਰੋਲ ਬਹੁਤ ਜ਼ਿਆਦਾ ਵੱਡਾ ਕਰਦੀ ਪਈ ਹੈ ਜਿਹੜੀ ਯੂ ਐਸਾ ਇਹ ਇੱਕ ਸੋਸ਼ਲਿਸਟ ਕੰਟਰੀ ਬਣ ਜਾਏਗੀ ਜਿਹੜਾ ਕੈਪਟਲਿਜ਼ਮ ਹੈ ਉਹ ਇਥੇ ਖਤਰੇ ਚ ਹੈ ਸਰਕਾਰ ਦੇ ਰੋਲ ਨੂੰ ਕਿਉ ਸਕੇਪਟਿਸਿਜ਼ਮ ਨਾਲ ਦੇਖਿਆ ਜਾਂਦਾ ਹੈ ਇਸ ਮੁਲਕ ਵਿੱਚ ਉਹ ਰੋਲ ਜਿਵੇਂ ਹੈ ਉਹ ਕਿਵੇਂ ਕਿਵੇਂ ਵੱਧਿਆ ਔਰ ਕਿਥੇ ਇਹ ਪਹੁੰਚਿਆ ਕਿਸ ਪਾਸੇ ਜਾ ਰਿਹਾ ਹੈ ਅਸੀਂ ਇਸ ਬਾਰੇ ਗੱਲ ਸ਼ੁਰੂ ਕੀਤੀ ਸੀ ਸ਼੍ਰੀ ਰਵਿੰਦਰ ਸਿੰਘ ਜੀ ਨਾਲ ਅੱਜ ਅਸੀਂ ਰਵਿੰਦਰ ਸਿੰਘ ਜੀ ਨੂੰ ਫਿਰ આમંત્રਿਤ ਕੀਤਾ ਸਟੂਡੀਓ ਵਿੱਚ ਔਰ ਇਹ ਜਿਹੜੀ ਗੱਲ ਹੈ ਅਸੀਂ ਉਹਨਾਂ ਨਾਲ ਅੱਗੇ ਲੈ ਕੇ ਜਾਾਂਗੇ ਰਵਿੰਦਰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਥੈਂਕ ਯੂ ਜੀ ਰਵਿੰਦਰ ਜੀ ਅਸੀਂ ਅ ਪਿਛਲੀ ਵਾਰ ਜਦ ਅਸੀਂ ਛੱਡਿਆ ਸੀ ਅਸੀਂ ਗਵਰਨਮੈਂਟ ਦੇ ਗ੍ਰੋਥ ਦੀ ਗੱਲ ਕਰ ਰਹੇ ਸੀ ਔਰ ਅਸੀਂ ਐਫ ਡੀ ਆਰ ਤੱਕ ਪਹੁੰਚੇ ਸੀ 1932 ਵਿਚ ਜਦ ਗ੍ਰੇਟ ਡਿਪਰੈਸ਼ਨ ਦੇ ਬਾਅਦ ਐਫ ਡੀ ਆਰ ਆਇਨ ਐਸ ਪ੍ਰੈਜ਼ੀਡੈਂਟ ਐਂਡ ਤੁਸੀਂ ਇਹ ਗੱਲ ਕਹੀ ਕਿ ਐਫ ਡੀ ਆਰ ਥਿਸ ਯੂ ਨਾ ਪੋਲਿਸੀਸ ਨੂੰ ਸਮਝਣ ਵਾਸਤੇ ਉਹਨਾਂ ਦੀ ਜਿਹੜੀ ਪੋਲਿਟਿਕਸ ਐਸ ਨੂੰ ਸਮਝਣ ਵਾਸਤੇ ਵਿਲਸਨ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਉਹਨਾਂ ਦਾ ਰੋਲ ਆਫ ਗਵਰਨਮੈਂਟ ਦੀ ਕੀ ਅੰਡਰਸਟੈਂਡਿੰਗ ਸੀ ਉਹ ਸਮਝਣਾ ਬਹੁਤ ਜ਼ਰੂਰੀ ਹੈ ਬਟ ਮੈਂ ਉਸ ਤੋਂ ਪੁੱਛ ਪਹਿਲਾਂ ਕੁਕਲੀ ਤੁਹਾਨੂੰ ਤੁਹਾਡੇ ਤੋਂ ਇੱਕ ਚੀਜ਼ ਜਾਨਣਾ ਚਾਹਾਂਗਾ ਅਸੀਂ ਜਿਹੜੀ ਇਸਪੋਰਟ ਪ੍ਰੈਜ਼ੀਡੈਂਟ ਟਰੰਪ ਦੀ ਵੇਖੀ ਹੈ ਉਹਨਾਂ ਦੇ بیس ਵਿੱਚ ਕੁਝ ਯੂ ਨੋ ਨਾਨ ਟ੍ਰੈਡੀਸ਼ਨਲ ਕੁਝ ਕਾਫੀ ਬਲੈਕਸ ਵਿੱਚ ਲਾਟਿਨੋਸ ਵਿੱਚ ਏਸ਼ੀਅਨਸ ਵਿੱਚ ਇੰਡੀਅਨ ਕਮਿਊਨਿਟੀ ਵਿੱਚ ਸਿੱਖ ਕਮਿਊਨਿਟੀ ਵਿੱਚ ਔਰ ਉਹ ਯੂ ਨੋ ਕਹਿੰਦੇ ਇਨਕੀ ਥੈਟ ਇਜ਼ ਅ ਫੇਅਰ ਆਫ ਸੋਸ਼ਲਿਜ਼ਮ ਤੁਹਾਨੂੰ ਇਹ ਲੱਗਦਾ ਇਜ਼ ਥੈਟ ਦ ਰੀਜ਼ਨ ਦੇ ਵੋਟਡ ਫॉर ਪ੍ਰੈਜ਼ੀਡੈਂਟ ਟਰੰਪ um देखो गल ये है कि to my mind pehle pe assi we are not very sure ke in terms of pichliyan elections de percentage wise asian indian community de vich kinna izafa hoya towards trump I, i haven't seen the number around 3% from 2016 uh -huh. so 3% is mere mm mere -hmm. lehaz nal insignificant di cheez mm hai -hmm. ji ਤੇ ਅ ਬਟ ਇੱਕ ਕਿਉਂਕਿ ਇੱਕ ਚਰਚਾ ਦਾ ਵਿਸ਼ਾ ਬਣ ਗਿਆ ਹੈ ਜੀ ਕਿ ਏਸ਼ੀਅਨ ਇੰਡੀਅਨ ਕਮਿਊਨਿਟੀ ਜਾਂ ਲਾਟੀਨੋਸ ਵਗੈਰਾ ਵਗੈਰਾ ਜਿਨ੍ਹਾਂ ਨੂੰ ਟਰੰਪ ਨਿੰਦਦਾ ਰਿਹਾ ਹੈ ਲਾਟੀਨੋਸ ਨੂੰ ਖਾਸ ਕਰਕੇ ਜੀ ਇਹ ਲੋਕੀ ਇਹਦੇ ਲਈ ਵੋਟ ਕਿਉਂ ਪਾ ਰਹੇ ਨੇ ਤੁਹਾਡਾ ਮੇਰੇ ਖਿਆਲ ਮੁਰਾਦ ਇਹ ਹੀ ਹੈ ਸਵਾਲ ਦਾ ਕਿ ਇਹ ਜੀ ਇਹਨੂੰ ਮੈਂ ਕਿਸ ਤਰ੍ਹਾਂ ਮੈਂ ਤੁਹਾਨੂੰ ਕਹਾਂਗਾ ਕਿ ਹਿੰਦੁਸਤਾਨੀਆਂ ਦੀ ਗੱਲ ਲੱਲੋ ਏਸ਼ੀਅਨ ਇੰਡੀਅਨਸ ਦੀ ਰਾਈਟ ਮੇਰੇ ਮੇਰੇ ਨਜ਼ਦੀਕ ਇਹ ਸਮਝ ਪੈਂਦੀ ਆ ਮੈਨੂੰ ਕਿ ਸਭ ਤੋਂ ਵੱਡੀ ਵਜ੍ਹਾ ਅਗਰ ਕੋਈ enthusiasm ਸੀ 트럼ਪ ਲਈ ਤੇ ਉਹ ਇਹ ਸੀ ਇੰਡੀਆ ਆਇਡੈਂਟੀਫਿਕੇਸ਼ਨ ਓਕੇ ਕਿਉਂਕਿ ਹਿੰਦੁਸਤਾਨ ਦੇ ਨਾਲ 트럼ਪ ਦੇ ਤਲਕਾਤ ਮੋਦੀ ਦੇ ਨਾਲ ਅੱਛੇ ਹੋ ਗਏ ਨੇ ਕੋਟ ਅਨ ਕੋਟ ਜਿਸ ਤਰ੍ਹਾਂ ਵੀ ਨੇ ਹੁਣ ਉਹ ਅੱਗੇ ਤੋਂ ਕਾਫੀ ਕਰੀਬ ਆ ਗਏ ਨੇ ਮੂਲਕ ਤੇ ਉਹ ਆਈ ਥਿੰਕ ਕੁਦਰਤੀ ਹੈ ਕਿ ਜਿਹੜੇ ਇੱਥੇ ਲੋਕੀ ਨੇ ਉਹ ਅਜੇ ਵੀ ਸਾਡੇ ਲੋਕ ਹੋਮ ਲੈਂਡ ਨਾਲ ਕਾਫੀ ਆਈਡੈਂਟੀਫਾਈ ਕਰਦੇ ਨੇ ਜੀ ਤੇ ਇਸ ਕਰਕੇ ਇੱਕ ਤੇ ਇਹ ਰੀਜ਼ਨ ਹੋਵੇਗੀ ਦੂਸਰੀ ਇਹ ਮੈਂ ਤੁਹਾਨੂੰ ਇਹਨਾਂ ਦੱਸ ਦਿਆਂ ਕਿ ਆਈ ਡੋਨਟ ਥਿੰਕ ਕਿ ਬਹੁਤ ਸਾਰੇ ਲੋਕੀ ਇੰਨੀ ਗਵ ਨਾਲ ਸੋਚਦੇ ਨੇ ਕਿ ਵੀ ਸੋਸ਼ਲਿਜ਼ਮ ਕੀ ਇਹ ਤੇ ਯੂ ਨੋ ਕੀ ਕਹਿੰਦੇ ਨੇ ਲੇਜ਼ੇਫੇਅਰ ਇਕਨੋਮਿਕਸ ਕੀ ਮੇਰੇ ਖਿਆਲ ਵਿਚ ਇੰਨੀ ਨਹੀਂ ਮਤਲਬ ਬਿੱਡੂ ਗਾਇ ਵਿੱਚ ਕੋਈ ਸੋਚਦਾ ਇਹ ਸਾਰੀਆਂ ਗੱਲਾਂ ਲੋਕਾਂ ਦੇ ਢਿੱਡ ਨਾਲ ਜੁੜੀਆਂ ਹੋਈਆਂ ਨੇ ਐਟਲੀਸਟ ਉਹ ਫੇਅਰ ਕਰਦੇ ਕਿ ਟੈਕਸ ਬਚ ਜਾਏਗਾ ਬਸ ਦੇਖੋ ਜਿਹੜੇ ਇੱਥੇ ਆ ਕੇ ਜਿਨ੍ਹਾਂ ਨੇ ਦੋ ਪੈਸੇ ਬਣਾ ਲਏ ਉਹ ਕਹਿੰਦੇ ਨੇ ਯਾਰ ਮੈਂ ਕਿਵੇਂ ਬਚਾਵਾਂ ਅੱਛਾ ਜੀ ਪਹਿਲੀ ਗੱਲ ਇਹ ਵੇ ਦੂਸਰੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਜਿੰਨੇ ਥੋੜੇ ਬਹੁਤ ਪੈਸੇ ਬਣਾ ਲਏ ਨੇ ਉਹ ਸਮਝਦਾ ਬਾਕੀ ਤੇ ਸਾਰੇ ਜਿਹੜੇ ਨੇ ਨਾ ਆਲ ਸੀਨ ਨੇ ਠੀਕ ਇਹਨਾਂ ਨੂੰ ਮੈਂ ਕਿਉਂ ਫੰਡ ਕਰਾਂ ਇਹਨਾਂ ਨੂੰ ਜੁੱਤੀਆਂ ਲਾਓ ਮਤਲਬ ਇਹ ਕਨਸੈਪਟ ਜਦ ਬਣ ਜਾਂਦਾ ਹੈ ਇਹਨਾਂ ਦੇ ਦਿਮਾਗ ਵਿੱਚ ਮੇਰੇ ਸੋਚਨ ਵਿੱਚ ਇਸ ਤੋਂ ਪਰਾਂ ਕੋਈ ਗੱਲ ਨਹੀਂ ਹੈ ਕੋਈ ਐਸੀ ਗਹਿਰੀ ਗੱਲ ਨਹੀਂ ਹੈ ਜੀ 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 ਅ ਰਵਿੰਦਰ ਜੀ ਬਟ ਆਪਾਂ ਇਹ ਡਿਨਾਈ ਨਹੀਂ ਕਰ ਸਕਦੇ ਕਿ ਯੂ نو ਦੋਨੋ ਸਾਈਡਸ ਤੇ ਐਂਡ ਅਕ੍ਰੋਸ ਦਾ ਯੂ نو ਕੰਟਰੀ ਇੱਕ ਸੈਂਟੀਮੈਂਟ ਗਵਰਨਮੈਂਟ ਨੂੰ ਲੈ ਕੇ ਯੂ ਨੋ ਜਿਹੜੇ ਪ੍ਰੋਗਰੈਸਿਵ ਵਿੰਗ ਹੈ ਇੱਕ ਉਹਨਾਂ ਦਾ ਬੜਾ ਯੂ ਨੋ ਕੁਝ ਕੁਝ ਐਕਸਟ੍ਰੀਮ ਲੈਵਲਸ ਤੇ ਵੀ ਉਹ ਗੱਲਾਂ ਕਰਦੇ ਨੇ ਜਿਜੇ ਸਰਕਾਰ ਦਾ ਰੋਲ ਜਿਹੜਾ ਹੈ ਉਹ ਉਹ ਸਾਹਮਣੇ ਵੱਧ ਕੇ ਆਂਦਾ ਹੈ ਬਟ ਇਸ ਇਸ ਗੱਲ ਨੂੰ ਸਮਝਣ ਲਈ ਇਸ ਦਾ ਜਿਹੜਾ ਹਿਸਟੋਰੀਕਲ ਕੰਟੈਕਸਟ ਹੈ ਉਹ ਸਮਝਣਾ ਬਹੁਤ ਜ਼ਰੂਰੀ ਹੈ ਤੁਸੀਂ ਸਾਨੂੰ ਦੱਸਿਆ ਸੀ ਕਿਵੇਂ ਜਦ ਇਹ ਮੁਲਕ ਸ਼ੁਰੂ ਹੁੰਦਾ ਹੈ ਤੇ ਜੈਫਰਸਨ ਵਰਗੇ ਯੂ ਨੋ ਵਾਸ ਅ ਥਰਡ ਪ੍ਰੈਜ਼ੀਡੈਂਟ ਉਹਨਾਂ ਦੀ ਜਿਹੜੀ ਸੋਚ ਸੀ ਉਹ ਇਹ ਕਹਿੰਦੀ ਸੀ ਕਿ ਯਾ ਯੂ ਨੋ ਮਿਨਿਮਮ ਗਵਰਨਮੈਂਟ ਓਨਿਚੇ ਦੀ ਤੁਸੀਂ ਸਾਨੂੰ ਜான் ਲਾਕ ਦੀ ਗੱਲ ਦਸੀ ਜੋ ਕਹਿੰਦੇ ਸੀ ਕਿ ਗਵਰਨਮੈਂਟ ਜਿਹੜੀ ਹੈ ਉਸ ਦਾ ਕੰਮ ਸਿਫਟ ਸੇਫਟੀ ਹੋਣਾ ਚਾਹੀਦਾ ਉਥੋਂ ਅਸੀਂ ਦਾ ਗ੍ਰੇਟ ਸੋਸਾਇਟੀ ਤੱਕ ਕਿਵੇਂ ਪਹੁੰਚੇ ਜਿੱਥੇ ਇਹ ਕਿਹਾ ਗਿਆ ਕਿ ਗਵਰਨਮੈਂਟ ਦਾ ਜਮ ਹੈ ਕੰਮ ਜਿਹੜਾ ਹੈ ਉਹ ਪ੍ਰੋਪਰਟੀ ਪਾਵਰਟੀ ਐਲੀਵੀਏਸ਼ਨ ਹੈ ਐਂਡ ਰੈਸ਼ੀਅਲ ਜਸਟਿਸ ਹੈ ਇਹ ਜਿਹੜੀ ਸਾਰੀ ਜਰਨੀ ਹੈ ਇਸ ਦੇ ਬਾਰੇ ਚ ਅਸੀਂ ਗੱਲ ਕਰਾਂਗੇ ਤੁਸੀਂ ਸਾਨੂੰ ਦੱਸੋ ਕਿ ਆਪਾਂ ਕਿੱਥੋਂ ਸ਼ੁਰੂ ਕਰੀਏ ਵੈਲ ਆਈ ਥਿੰਕ ਥੋੜਾ ਜਿਹਾ ਅਸੀਂ ਟੱਚ ਕਰ ਲਈਏ ਕਿ ਜਿਹੜਾ ਜੈਫਰਸੋਨੀਅਨ ਖਿਆਲ ਸੀ ਜੀ ਔਰ ਜਿਹੜਾ ਜਿਹੜਾ ਲੌਕ ਜான் ਲੌਕ ਹੌਬਸ ਵਗੈਰਾ ਦੀ ਜਿਹੜੀ ਇਨਲਾਈਟਨਮੈਂਟ ਦੀ ਸੋਚਨੀ ਦੇ ਅਧੀਨ ਉਸਨੇ ਮਤਲਬ ਆਰਟੀਕਲਸ ਆਫ ਫਰੀडम ਜਿਹੜੇ ਲਿਖੇ ਨੇ ਦੋ ਗੱਲਾਂ ਨੇ ਇੱਕ ਤੇ ਸਰਕਾਰ ਜਿਹੜੀ ਹੈ ਉਹ ਜਿਸ ਤਰ੍ਹਾਂ ਤੁਸੀਂ ਕਿਹਾ ਸਿਰਫ ਬੰਦੇ ਦੀ ਸੁਰੱਖਿਆ ਲਈ ਹੈ ਜੀ ਔਰ ਕੋਈ ਕਾਮਨੀ ਸਰਕਾਰ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹਦੇ ਦੋ ਜਾਂ ਤਿੰਨ ਚੁਣੇ ਹੋਏ ਮਤਲਬ ਫੰਕਸ਼ਨਸ ਹਨ ਵੀਟੋ ਪਾਵਰ ਸਟੇਟ ਆਫ ਦੀ ਯੂਨੀਅਨ ਅਡਰੈਸ ਦੇਣਾ ਇਸ ਤਰ੍ਹਾਂ ਦਾ ਬੜਾ ਪਰਿਫਰੀ ਜ਼ਿਆਦਾ ਕੰਮ ਸੀ ਉਹਦਾ ਤੇ ਤੀਸਰੀ ਗੱਲ ਇਹ ਕਿ ਜਿਹੜਾ ਬੰਦਾ ਹੈ ਇਹ ਖੁਦ ਮੁਖਤਿਆਰ ਹੈ ਇਹਦੇ ਕੁਝ ਬੁਨਿਆਦੀ ਹਕੂਕ ਨੇ ਉਹਨਾਂ ਨੂੰ ਨਾ ਛੇੜਿਆ ਜਾਵੇ ਸੋ ਇੱਥੇ ਅਸੰਪਸ਼ਨ ਇਹ ਹੈ ਅੰਡਰਲਾਈਂਗ ਉਸ ਸੋਚਨੀ ਦੀ ਇੰਡੀਵਿਜੂਅਲਿਜ਼ਮ ਦੀ ਕਿ ਮਨੁੱਖ ਜਿਹੜਾ ਹੈ ਇਕੱਲਾ ਹੈ ਇਹ ਸਿਰਫ ਸੋਸਾਇਟੀ ਚ ਤਾਂ ਆਂਦਾ ਹੈ ਆਪਣੀ ਸੁਰੱਖਿਆ ਦਿਖਾਤਰ ਉਹਦੀ ਖਾਤਰ ਆਪਣੀ ਉਹ ਥੋੜੀ ਜੀ ਜਿਹੜੀ ਸਿਕਿਉਰਿਟੀ ਹੈ ਤੁਹਾਨੂੰ ਦੇ ਦਿੰਦਾ ਹੈ ਤਾਂ ਕਿ ਇੱਕ ਗਵਰਨਮੈਂਟ ਫਾਰਮ ਹੋ ਜਾਏ ਉਹਨੂੰ ਸੇਫ ਰੱਖਣ ਲਈ ਤੇ ਬਾਕੀ ਉਹ ਜੋ ਮਰਜ਼ੀ ਕਰਦਾ ਫਿਰੇ ਜੀ ਦੈਟ ਮੀਨਸ ਐਸੈਂਸ਼ੀਅਲੀ ði ਆਈਡੀਆ ਹਮਮ ਤੇ ਅਸੀਂ ਇਹ ਵੀ ਗੱਲ ਕੀਤੀ ਸੀ ਕਿ ਇਸ ਆਈਡੀਆ ਦੀ ਆਪੋਜੀਸ਼ਨ ਜਿਹੜੀ ਹੈ ਇਹ ਐਕਚੁਅਲੀ ਵਿਦਿਨ 5-10 ਸਾਲ ਜੀ ਸ਼ੁਰੂ ਹੋ ਗਈ ਸੀ ਹੈ ਜੀ ਅਸੀਂ ਗੱਲ ਕੀਤੀ ਸੀ ਹੈਮਿਲਟਨ ਦੀ ਜੀ ਔਰ ਉਹਦੀ ਵਜ੍ਹਾ ਇਹ ਹੈ ਕਿ ਇਫ ਵੀ ਲੁੱਕ ਬੈਕ ਇਫ ਯੂ ਲੁੱਕ ਐਟ ਜਿਹੜੀ 19th ਸੈਂਚਰੀ ਹੈ ਉਹਦੇ ਅੰਦਰ ਜਿਹੜੀ ਡਿਵੈਲਪਮੈਂਟ ਹੋਈ ਹੈ ਇਸ ਮੁਲਕ ਦੀ ਫ੍ਰਮ ਦੀ ਪਰਸਪੈਕਟਿਵ ਆਫ ਇੰਡਸਟਰੀਅਲਾਈਜੇਸ਼ਨ ਫ੍ਰਮ ਦੀ ਪਰਸਪੈਕਟਿਵ ਆਫ ਪੋਪੂਲੇਸ਼ਨ ਗਰੋਥ ਜੀ ਦੀ ਪੋਪੂਲੇਸ਼ਨ ਟ੍ਰਿਪਲ ਸੌ ਸਾਲਾਂ ਦੇ ਵਿੱਚ ਟ੍ਰਿਪਲਡ ਅ ਅਮਰੀਕਾ ਵਰਲਡ ਦਾ ਲੀਡਿੰਗ ਇੰਡਸਟਰੀਅਲ ਨੇਸ਼ਨ ਬਣ ਗਿਆ ਯੂ ਨੋ ਇੰਡਸਟਰੀਅਲ ਆਉਟਪੁੱਟ ਜਿਹੜੀ ਹੈ ਐਗਰੀਕਲਚਰ ਤੋਂ ਵੱਧ ਗਈ ਹਮ ਹਮ ਮਾਈਗ੍ਰੇਸ਼ਨ ਬੜੀ ਹੋਈ ਮਾਈਗ੍ਰੇਸ਼ਨ ਦੇ ਨਾਲ ਨਾਲ ਸੋਸ਼ਲਿਸਟ ਖਿਆਲਤ ਆਏ ਕਿਉਂਕਿ ਯੂਰਪ ਦੇ ਵਿੱਚ ਉਸ ਵੇਲੇ ਸੋਸ਼ਲਿਜ਼ਮ ਦਾ ਜਿਹੜਾ ਸੋਚਨੀ ਹੈ ਉਹ ਕਾਫੀ ਹਾਵੀ ਸੀ ਸੋ ਉਸ ਤਰ੍ਹਾਂ ਦੇ ਖਿਆਲ ਯੂ ਮੀਨ ਇਮੀਗ੍ਰੇਸ਼ਨ ਫਰਮ ਯੂਰਪ ਓਕੇ ਹਾਂਜੀ ਫਰਮ ਯੂਰਪ ਜਿਹੜੀ ਹੈ ਇਮੀਗ੍ਰੇਸ਼ਨ ਫਰਮ ਯੂਰਪ ਬੜੀ ਇਮੀਗ੍ਰੇਸ਼ਨ ਹੋਈ ਉਹ ਤੋਂ اسپੈਸ਼ਲੀ ਇਨ ਦ ਲੇਟਰ ਪਾਰਟ ਆਫ ਦੀ 19th ਸੈਂਚਰੀ ਸੋ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਇਸ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਇਹ ਮਿਸ਼ਰਣ ਕਰਦੇ ਹੋ ਹਮਮ ਐਂਡ ਇਟ ਬ੍ਰਿੰਗਸ ਯੂ ਟੂ 1900 ਉਸ ਵੇਲੇ ਤੱਕ ਅਰਬਨਾਈਜੇਸ਼ਨ ਵੀ ਬਹੁਤ ਵਧ ਗਈ ਹੈ ਜੀ ਹੈ ਜੀ ਇਹ ਮੈਂ ਤਾਂ ਕਹਿ ਰਿਹਾ ਕਿ ਯੂ ਹੈਵ ਟੂ ਰਿਮੈਂਬਰ ਕਿ ਜਿਹੜੀ ਜਿਹਨੂੰ ਅਸੀਂ ਪ੍ਰੋਗਰੈਸਿਵ ਕਹਿ ਰਹੇ ਹਾਂ ਇਹ ਅਰਬਨਾਈਜੇਸ਼ਨ ਦੇ ਨਾਲ ਰਿਲੇਟਡ ਹੈ ਜੀ ਜੈਫਰਸਨ ਐਸੈਂਸ਼ੀਅਲੀ ਸੋਚ ਰਿਹਾ ਸੀ ਇੱਕ ਐਗਰੀਰੀਅਨ ਇਕਨੋਮੀ ਜਿੱਥੇ ਜਿਹੜੇ ਜ਼ਮੀਂਦਾਰ ਲੋਕ ਨੇ ਉਹ ਵੋਟ ਦੇਣਗੇ ਉਹਨਾਂ ਨੇ ਦੋ ਚਾਰ ਬੰਦੇ ਰੱਖੇ ਨੇ ਇੰਜ ਜਿਹੜੀ ਇਹ ਜ਼ਿੰਦਗੀ ਬੜੀ ਮਜ਼ੇ ਨਾਲ ਚਲਦੀ ਰਹੇਗੀ ਲੇਕਿਨ ਇੱਥੇ ਹੋਇਆ ਕੁਝ ਵੱਖਰਾ ਕੁਝ ਹੋਰ ਹੈ ਜੀ ਹੁਣ ਜਦੋਂ ਅਰਬਨਾਈਜੇਸ਼ਨ ਹੁੰਦੀ ਹੈ ਕੀ ਹੁੰਦਾ ਉਦੋਂ ਲੋਕਾਂ ਦੀ ਆਪਸ ਜਿਸ ਤਰ੍ਹਾਂ ਪਿੰਡਾਂ ਦੇ ਵਿੱਚ ਵਕਫੀਅਤ ਹੁੰਦੀ ਹੈ ਨਾ ਉਹ ਨਹੀਂ ਰਹਿੰਦੀ ਪੀਪਲ ਬਿਕਮ ਅਨੋਨਿਮਸ ਟੂ ਈਚ ਅਦਰ ਜੀ ਐਂਡ THEN THERE IS ਅ ਡਿਮਾਂਡ ਫਾਰ ਸਰਵਿਸਿਜ਼ ਜੀ ਸੋ ਇਸ ਕਰਕੇ ਜਦੋਂ ਵਿਲਸਨ ਆਇਆ ਹੈ ਹਮ ਉਸਨੇ ਇਹ ਗੱਲ ਛੇੜੀ ਹੈ ਕਿ ਸਰਕਾਰ ਦਾ ਰੋਲ ਜਿਹੜਾ ਹੈ ਇਟ ਇਜ਼ ਐਕਚੁਅਲੀ ਪਾਵਰ ਹੈਸ ਟੂ ਬੀ ਲੋਕੇਟਿਡ ਸਮਵੇਅਰ ਹਮ ਅਥਾਰਟੀ ਹੈਸ ਟੂ ਬੀ ਲੋਕੇਟਿਡ ਲੋਕੇਟਿਡ ਸਮਵੇਅਰ ਇਟ ਕੈਨ ਨਾਟ ਬੀ ਡਿਫਿਊਜ਼ਡ ਜੀ ਬਿਕੋਜ਼ ਆਦਰਵਾਈਸ ਤੁਸੀਂ ਇਹ ਐਡਰੈਸ ਨਹੀਂ ਕਰ ਸਕਦੇ ਪਰ ਮੈਂ ਇੱਕ ਹੋਰ ਗੱਲ ਤੁਹਾਨੂੰ ਕਹਾਂ ਜਿਵੇਂ ਇਫ ਆਈ ਮੇ ਜੀ ਕਨਸਟੀਟਿਊਸ਼ਨ ਜਿਹੜਾ ਹੈ ਜੀ ਰਵਿੰਦਰ ਜੀ ਰਵਿੰਦਰ ਜੀ ਮੈਂ ਗੁਸਤਾਖੀ ਨਿ ਮਾਫੀ ਚਾਹਾਂਗਾ ਇਹ ਅਸੀਂ ਤੁਹਾਡੀ ਜੇ ਦੂਜੀ ਗੱਲ ਹੈ ਇਹ ਅਸੀਂ ਗੱਲ ਕਰਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ਦ ਵੇ ਫੋਰਡ ਦਾ ਵੇ ਫਾਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਅੱਜ ਅਸੀਂ ਗੱਲ ਕਰ ਰਹੇ ਹਾਂ ਸ਼੍ਰੀ ਰਾਵਿੰਦਰ ਸਿੰਘ ਤਨਜਾ ਜੀ ਨਾਲ ਯੂ ਐਸ ਵਿੱਚ ਜਿਹੜਾ ਗਵਰਨਮੈਂਟ ਦਾ ਰੋਲ ਹੈ ਉਸ ਨੂੰ ਲੈ ਕੇ ਰਾਵਿੰਦਰ ਜੀ ਤੁਸੀਂ ਸਾਡੇ ਨਾਲ ਗੱਲ ਕਰ ਰਹੇ ਸੀ ਕਿ ਕਿਵੇਂ ਵਿਲਸਨ ਦੇ ਅੰਡਰ ਜਿਹੜਾ ਗਵਰਨਮੈਂਟ ਦਾ ਰੋਲ ਦਾ ਕਨਸੈਪਟ ਹੈ ਉਹ ਬਦਲਿਆ ਉਹ ਵਧਿਆ असी uh, अपने व्यूज नस दिए कि वुड्रो uh, विल्सन एक डेमोक्रेटिक प्रेजिडेंट से जो कि फस्ट वर्ल्ड वॉर के टाइम उन्नीस सौ चौदह प्रेजिडेंट जीन थर्टी नाइनटीन फिफ्टीन जी टैफ्ट के uh, बाद उन्नीस सौ बारह उन्नीस जी ठीक है जी ਜਿਹੜੇ ਟੈਡੀ ਰੂਜ਼ਵੈਲਟ ਸੀਗੇ ওভার ધ ਟਰਨ ਆਫ ਦ ਸੈਂਚਰੀ ਉਹਨਾਂ ਦੇ ਅੰਡਰ ਇੱਕ ਮੂਵਮੈਂਟ ਥੋੜੀ ਸ਼ੁਰੂ ਹੋਈ ਵੇਰ ਯੂ ਨੋ ਗਵਰਨਮੈਂਟ ਦੇ ਜ਼ਿਆਦਾ ਜਿਹੜੇ ਰੋਲਸ ਹਨ ਉਹ ਸਾਹਮਣੇ ਆਣਾ ਸ਼ੁਰੂ ਹੋਏ ਯੂ ਨੋ ਇਨ ਰਿਐਕਸ਼ਨ ਟੂ ਸਰਟਨ ਥਿੰਗਸ ਜਿਹੜੇ ਰਵਿੰਦਰ ਜੀ ਸਨੂਦਸਾਂਗੇ ਬਟ ਅੰਡਰ ਵਿਲਸਨ ਮਤਲਬ ਆਈਡੀਓਲੋਜੀਕਲੀ ਉਹਨਾਂ ਨੇ ਆਈਡੀਓਲੋਜੀ ਚੈਲੰਜ ਕੀਤੀ ਜੈਫਰਸਨ ਦੀ ਕਿ ਕਿਉਂ ਗਵਰਨਮੈਂਟ ਦਾ ਰੋਲ ਜਿਹੜਾ ਹੈ ਉਹ ਜ਼ਰੂਰੀ ਹੈ ਕਿਉਂ ਜਿਹੜਾ ਇਹ ਕਹਿਣਾ ਕਿ ਜਿਹੜੀ ਵੱਡੀ ਗਵਰਨਮੈਂਟ ਹੈ ਦੈਟਸ ਅ ਪ੍ਰੋਬਲਮ ਦੈਟਸ ਰੌਂਗ ਰਵਿੰਦਰ ਜੀ ਸਾਨੂੰ ਹੋਰ ਦੱਸ ਸਕਦੇ ਏਸ ਬਾਰੇ ਹਾਂਜੀ ਅਸੀਂ ਗੱਲ ਕਰਾਂ ਆਂ ਕਿ ਵਿਲਸਨ ਦੇ ਆਉਣ ਤੋਂ ਪਿਛਲੀ ਜਿਹੜੀ 100 ਸਾਲ ਸਾਨੀਆਂ 60 ਸਾਲ ਸਮਝ ਲਓ ਸਿਵਲ ਵਾਰ ਤੋਂ ਬਾਅਦ ਕਿਉਂਕਿ ਸਿਵਲ ਵਾਰ ਇੱਕ ਪਿਵੋਟਲ ਪੁਆਇੰਟ ਹੈਗਾ ਹੈ Uh, you could call it the victory of american capitalism you know the industrial north hanji okay around 1865 so, 65, 65 66 hanji ji so tusi dekh rahe ho ke bahar di abadi itthe aake settle badi hui hai ji shehar vas rahe ne lekin naal de naal ik hor cheez paida ho rahi hai ik nayi species paida ho rahi hai jinnu ke asi ajj di duniya vich corporations jande han ji ਵੱਡੇ ਕਾਰਪੋਰੇਸ਼ਨ ਜਿਨ੍ਹਾਂ ਨੂੰ ਉਸ ਮੈਨੇਜਟ ਟ੍ਰਸਟਸ ਕੰਡਿਸ ਜੀ ਸੋ ਇਹਦਾ ਨਤੀਜਾ ਕੀ ਹੋ ਰਿਹਾ ਹੈ ਕਿ ਜਿਹੜਾ ਆਮ ਬੰਦਾ ਹੈ ਜੀ ਸ਼ਹਿਰ 'ਚ ਆ ਵਸਿਆ ਉਹਦਾ ਕੋਈ ਅੱਗਾ ਪਿੱਛਾ ਨਹੀਂ ਹਮ ਹਮ ਕਾਰਪੋਰੇਸ਼ਨ ਉਹਨੂੰ ਕੰਟਰੋਲ ਕਰ ਰਿਹਾ ਹੈ ਉਹਦੀ ਕੋਈ ਜਿਹੜੀ ਆਈਡੈਂਟੀਟੀ ਬਣੀ ਹੁੰਦੀ ਹੈ ਪਿੰਡ ਵਿੱਚ ਵੀ ਆ ਮੇਰਾ ਚਾਚਾ ਹੈ ਮੇਰਾ ਤਾਇਆ ਹੈ ਜਾਂ ਇਹ ਮੇਰਾ ਕੁਲਬਾ ਹੈ ਰਾਈਟ ਹਮ ਹਮ ਉਹ ਸਾਰੀ ਖਿਸਕ ਜਾਂਦੀ ਓਦੇ ਥੱਲਿਓਂ ਜੀ ਕਾਰਪੋਰੇਸ਼ਨ ਨੇ ਉਹਦੇ ਉੱਤੇ ਰੱਖਿਆ ਹੋਇਆ ਹੈ ਉਹਦੀ ਸਤੰਤੇ ਆਪਣਾ ਹੱਥ ਕਿ ਭਈ ਤੂੰ 10 ਘੰਟੇ ਕੰਮ ਕਰਨੇ ਨੇ ਵਰਕਿੰਗ ਕੰਡੀਸ਼ਨਸ ਖਰਾਬ ਨੇ ਸ਼ਹਿਰਾਂ ਦੇ ਵਿੱਚ ਸਰਵਿਸਿਸ ਚਾਹੀਦੀਆਂ ਇਹ ਪ੍ਰੈਸ਼ਰ ਜਿਹੜਾ ਸੀ ਜੀ ਬਹੁਤ ਜ਼ਿਆਦਾ ਸੀ ਉਸ ਵੇਲੇ ਫਿਰ ਜਿਹੜੀ ਜਰਨਲਿਸਟਸ ਸਨ ਜਿਨ੍ਹਾਂ ਨੂੰ ਮੱਕ ਰੀਕਾਰਡਸ ਕਿਹਾ ਜਾਂਦਾ ਉਸ ਵੇਲੇ ਉਹ ਇਹ ਸਾਰੀਆਂ ਵਰਕਿੰਗ ਕੰਡੀਸ਼ਨਸ ਨੂੰ ਬਾਹਰ ਲਿਆ ਰਹੇ ਸਨ ਇਹੋ ਜੇ ਮਾਹੌਲ ਦੇ ਅੰਦਰ ਗੁਡਰੋ ਵਿਲਸਨ ਪ੍ਰੈਜ਼ੀਡੈਂਟ ਬਣਿਆ ਜੀ ਠੀਕ ਹੈ ਜੀ ਸੋ ਅਨਲਾਈਕ ਅਦਰ ਪ੍ਰੈਜ਼ੀਡੈਂਟਸ ਵੁਡਰੋ ਵਿਲਸਨ ਇੱਕ ਇੰਟੈਲੈਕਚੁਅਲ ਵੀ ਸੀ ਜੀ ਉਹ ਪੋਲਿਟੀਕਲ ਸਾਇੰਸ ਦਾ ਉਹਨੇ ਉੱਥੇ ਪ੍ਰਿੰਸਟਨ ਵਿੱਚ ਪੀ ਐਚ ਡੀ ਵੀ ਕੀਤੀ ਸੀ ਉਹਦੇ ਪੜਾਉਂਦਾ ਵੀ ਰਿਹਾ ਸੋ ਹੀ ਵਾਸ ਅ ਥਿੰਕਿੰਗ ਮੈਨ ਕੈਲ ਕੈਲੋ ਜੀ ਉਹ ਨਾਰਾ ਲੈ ਕੇ ਆਇਆ ਨਿਊ ਫ੍ਰੀडम ਦਾ ਜੀ ਥੈਟ ਵਾਸ ਹਿਸ ਪੰਚ ਲਾਈਨ ਨਿਊ ਫ੍ਰੀडम ਉਹ 올ਡ ਫ੍ਰੀडम ਨਾਲੋਂ ਕਿਵੇਂ ਫਰਕ ਹੈ ਉਹ estrang ਫਰਕ ਹੈ ਕਿ ਇਸ ਨਿਊ ਫਰੀडम ਦੇ ਅੰਦਰ ਜਿਹੜਾ ਲੇਬਰ ਹੈ ਜਿਹੜਾ ਬਣ ਰਿਹਾ ਹੈ ਇਸ ਵੇਲੇ ਅਮਰੀਕਾ ਦੇ ਵਿੱਚ ਲੇਬਰ ਕਲਾਸ ਬਣ ਰਹੀ ਹੈ ਜੀ ਉਹਦੇ ਬਚਾਅ ਲਈ ਸਰਵਿਸਿਜ਼ ਤਿਆਰ ਕਰਨ ਲਈ ਗਵਰਨਮੈਂਟ ਜਿਹੜੀ ਹੈ ਉਹ ਬਿਖਰੀ ਹੋਈ ਹੈ ਹੁਣ ਉਹਨੂੰ ਇਫੈਕਟਿਵਲੀ ਕੋਆਰਡੀਨੇਟ ਕਰਨ ਵਾਸਤੇ ਇੱਕ ਸੈਂਟਰ ਚਾਹੀਦਾ ਹਮਮ ਔਰ ਉਸਨੇ ਇਹ ਕਿਹਾ ਕਿ ਉਹ ਸੈਂਟਰ ਜਿਹੜਾ ਹੈ ਉਹ ਪ੍ਰੈਜ਼ੀਡੈਂਸੀ ਹੋਣੀ ਚਾਹੀਦੀ ਹੈ ਕਿ ਉਹ ਵਕ ਵਕ ਅੜ ਅੜ ਜਿਹੜੇ ਨੇ ਬਿਕੋਜ਼ ਥਿੰਗਸ ਆ ਗੇਟਿੰਗ ਅ ਲਿਟਲ too complicated uh, <laughs> things are getting too big populations are getting too big and they are moving into urban centers so is saariyan cheezan nu mera kehnda paav hai ki it is not like wilson e nare mar da aaya there was already pressure hmm. building towards this jida ki tusi zikr kita theodore roosevelt unna to pehlan aaya usne vi thoda bahut ek kaam shuru kita progressive ideas oh na ban gaya progressive ideas but essentially it means social reform ਐਂਡ ਉਹ ਗਵਰਨਮੈਂਟ ਦੇ ਰੋਲ ਨੂੰ ਬਦਲ ਦਿੰਦੀ ਹੈ ਕਿੱਥੇ ਸਿਰਫ ਸੁਰੱਖਿਆ ਕਰਨੀ ਹੈ ਇੱਥੇ ਉਹ ਐਕਟਿਵਿਸਟ ਰੋਲ ਬਣ ਗਿਆ ਗਵਰਨਮੈਂਟ ਦਾ ਸਟਾਰਟਿੰਗ ਵਿਦ ਵੁੱਡਰੋ ਵਿਲਸਨ ਫਿਰ ਉਸ ਤੋਂ ਬਾਅਦ ਜਿਹੜਾ ਪਹਿਲੀ ਜੰਗ ਛਿੜ ਗਈ ਹਮ ਵਿਚ ਹੀ ਡਿਡ ਨਾਟ ਵਾਂਟ ਟੂ ਗੈਟ ਇਨਵੋਲਵਡ ਇਨ ਬਟ ਜਰਮਨਸ ਨੇ ਉਹਨੂੰ ਧਰੂ ਲਿਆ ਅੰਦਰ ਉਸ ਤੋਂ ਬਾਅਦ ਹੀ ਨੀਡਡ ਟੂ ਮੋਬਿਲਾਈਜ਼ ਦਾ ਕੰਟਰੀ ਸੋ ਹੀ ਵਾਸ ਇਵਨ ਮੋਰ ਕਨਵਿੰਸਡ ਇਹ ਇਹਦੇ ਵਿੱਚ ਗਵਰਨਮੈਂਟ ਹੀ ਇਹ ਕੰਮ ਕਰ ਸਕਦੀ ਹੈ ਹੋਰ ਕੋਈ ਏਜੰਸੀ ਹੈ ਨਹੀਂ ਜਿਹੜੀ ਕਿ ਸਾਰੀ ਮੋਬਿਲਾਈਜੇਸ਼ਨ ਕਰ ਸਕੇ ਇਹ ਤੇ ਹੋਈ ਗੱਲ ਪ੍ਰੈਕਟੀਕਲ ਫਿਲਾਸੋਫਿਕਲੀ ਉਹ ਜੈਫਰਸਨ ਨੂੰ ਉਹਨੇ ਕੁਐਸਚਨ ਕੀਤਾ ਕਿ ਇਹ ਜਿਹੜੀ ਸੋਚ ਹੈ ਕਿ ਬੰਦਾ ਕੇਵਲ ਅੱਡੇ ਮਤਲਬ ਕੱਲਾ ਹੈ ਹੂੰ ਇਹ ਸੋਚ ਗਲਤ ਹੈ ਉਹਨੇ ਐਗਜ਼ਾਮਪਲ ਦਿੱਤਾ ਪੈਟਰੀਆਰਕਲ ਫੈਮਿਲੀ ਦਾ ਜੀ ਪਹਿਲੀ ਪੋਲਿਟਿਕਸ ਜਿਹੜੀ ਹੁੰਦੀ ਹੈ ਉਹ ਫੈਮਿਲੀ ਦੇ ਅੰਦਰ ਹੁੰਦੀ ਹੈ ਹੂੰ ਜਦੋਂ ਬੱਚਾ ਪੈਦਾ ਹੁੰਦਾ ਹੈ ਇਹਨਾਂ ਪੈਟਰਿਆਰਕਲ ਸੋਸਾਇਟੀਜ਼ ਦੇ ਵਿੱਚ ਅਸੀਂ ਰਹਿੰਦੇ ਆ ਰਹੇ ਹਾਂ ਉਹਦੇ ਵਿੱਚ ਜਿਹੜਾ ਬਾਪ ਹੁੰਦਾ ਹੈ ਉਹ ਐਕਚੁਅਲੀ ਗਵਰਨਮੈਂਟ ਦਾ ਹੈੱਡ ਹੁੰਦਾ ਹੈ ਜੀ एवरीवन ਇਜ਼ ਵਰਕਿੰਗ ਟੁਵਰਡਸ ਸਮ ਕਾਮਨ ਐਂਡ ਸੋ ਵਿਲਸਨ ਦਾ ਬਹੁਤ ਵੱਡਾ ਹੱਥ ਸੀ ਇਸ ਥਿੰਕਿੰਗ ਨੂੰ ਬਦਲਣ ਵਿੱਚ ਔਰ ਇਸ ਥਿੰਕਿੰਗ ਦੇ ਪਿੱਛੇ ਲੋਕਾਂ ਨੂੰ ਆਪਣੇ ਆਪ ਨੂੰ ਲਾਣ ਵਿੱਚ ਵੀ ਜੀ ਪਲੱਸ ਦੂਸਰੇ ਪਾਸੇ ਇਹ ਪ੍ਰੈਸ਼ਰ ਵੀ ਸੀ ਉਹਦੇ ਵਿੱਚ ਜੀ ਸੋ ਇਸ ਕਰਕੇ ਅਸੀਂ ਦੇਖਦੇ ਹਾਂ ਕਿ ਵਿਲਸਨ ਦੇ ਵੇਲੇ ਫੈਡਰਲ ਰਿਜ਼ਰਵ ਬਣੀ ਟ੍ਰੇਡ ਕਮਿਸ਼ਨ ਬਣੀ ਐਂਟੀ ਟਰਸਟ ਲਾਜ਼ ਹੋਏ ਬਹੁਤ ਕੁਝ ਇਸ ਤਰ੍ਹਾਂ ਦਾ ਕੰਮ ਬਣਿਆ ਜੀ ਇਹ ਸਨ ਕੁਝ ਇੰਪੈਰੇਟਿਵਸ ਜਿਹੜੇ ਕਿ ਬਿਲਸਨ ਦੇ ਰਮਿੰਦਰ ਜੀ ਲੈਟ ਮੀ ਆਸਕ ਯੂ ਦਿਸ ਡੂ ਯੂ ਥਿੰਕ ਦ ਪੀਪਲ ਆਫ ਅਮਰੀਕਾ ਐਜ਼ ਅ ਕੰਟਰੀ rejected uh, wilson's uh, philosophy although uh, he was a president for two terms but after him you know we see two republican presidents entire congress became the all houses were won by the republicans do you see that yes and no <laughs> yeah, because you know you and i were talking earlier in the center सरकार ज्यादा लेफ्ट वाल हो जाए तो राइट वाल फोर्सेस उन खिचन लगपेंडिया ने तो राइट वाल ज्यादा हो जावे लेफ्ट वाल खिचन लगपेंडिया ने ऐसा देखना कोई uh, अनहोनी गल नहीं hmm. अनहोनी गल नहीं बट यू हैव टू रिमेंबर की दोज वर शॉर्ट लिव्ड सून देयर आफ्टर यू गॉट एफडीआर जी हु एक्चुअली बिल्ट ऑन वुड्रो विल्सन एंड अच्छा एससी ए भी ਗੱਲ ਕਰ ਰਹੇ ਸਾਂ अर्ਲियर ਔਨ ਯੂ ਐਨ ਆਈ ਵਾ ਟਾਕਿੰਗ ਅਬਾਊਟ ਦਿਸ ਜੀ ਜੇ ਅਗਰ ਤੁਸੀਂ ਅਮਰੀਕਾ ਦਾ ਇਤਿਹਾਸ ਦੇਖੋਗੇ ਔਰ ਸਰਕਾਰ ਦੀ ਜਿਹੜੀ ਮਜ਼ਬੂਤੀ ਹੈ ਵਧਦੀ ਹੋਈ ਉਹਦਾ ਰੋਲ ਵੱਧਦਾ ਹੋਏ ਦੇਖੋਗੇ ਜੀ ਤੇ देयर इज अ ਕੋਰਿਲੇਸ਼ਨ ਬੀਟਵੀਨ ਐਕਸਟਰਨਲ ਐਮਰਜੈਂਸੀਜ਼ ਐਂਡ ਦ ਗ੍ਰੋਥ ਆਫ ਦ ਗਵਰਨਮੈਂਟ ਜੀ ਸੋ ਵੁਡਰੋ ਵਿਲਸਨ ਦੇ ਵੇਲੇ ਪਹਿਲੀ ਜੰਗ ਹੋਈ ਹੈ ਜੀ ਅਪਾਰਟ ਫਰਮ ఎవਰੀਥਿੰਗ ਐਲਸ ਹਮ ਹਮ fdr the village dusri jang Lekin, he was coming off of a depression, Ji. The he, depression. and then he ran head on into uh, the the second world war fair mobilization hoge, he need so the government sort of has also to my mind reacted to the circumstance of the day Dekhuna, wilson was at pains to remind the jeffersonians mm -hmm. that constitution ਕਿ ਸਰਕਾਰ ਜਿਹੜੀ ਹੈ ਸਿਕਿਉਰਿਟੀ ਦਾ ਮਤਲਬ ਕੀ ਹੈ ਹਮ ਟ੍ਰਾਂਕਵਿਲਿਟੀ ਹਮ ਹਮ ਉਹਨੂੰ ਮੇਨਟੇਨ ਕਰੇ ਹਮ ਜਸਟਿਸ ਨੂੰ ਮੇਨਟੇਨ ਕਰੇ ਇਸ ਤਰ੍ਹਾਂ ਦੇ ਹੋਰ ਚੀਜ਼ਾਂ ਨੇ ਜਿਹੜੀਆਂ ਕਿ ਉਹ ਸਰਕਾਰ ਦਾ ਰੋਲ ਹੈ ਅੰਡਰ ਦੀ ਰੂਬ੍ਰਿਕ ਆਫ ਸਿਕਿਉਰਿਟੀ ਹਮ ਹਮ ਸੋਸ਼ਲ ਜਸਟਿਸ ਵੀ ਹੋ ਜਾਂਦਾ ਜਸਟਿਸ ਦੇ ਥੱਲੇ ਜੀ ਰਾਈਟ ਜੀ ਸੋ ਇਹ ਸਾਰੀਆਂ ਚੀਜ਼ਾਂ ਕੌਣ ਕਰੇਗਾ ਅਗਰ ਕੋਈ ਤੇ ਏਜੰਸੀ ਚਾਹੀਦੀ ਹੈ ਨਾ Mm -hmm. To coordinate all this, and the Wilsonian or the progressive view is that there is no better agency than the government, mm -hmm. it is expressing the will of the people at that time. Mm -hmm. uh, they... you know as you said ki uh, you know uh, reactions to uh, major catastrophes and uh, you know reaction to situations jivein aap gall kiti honne ki isa wilson ne bahut government lai aayi aur us de usnu challenge kita gaya badi major deregulation kiti herbert hoover ne ਯੂ نو ਸਟਾਕ ਮਾਰਕੀਟਸ ਵਿੱਚ ਵੀ ਐਂਡ ਹਰ ਚੀਜ਼ ਵਿੱਚ ਔਰ ਉਸ ਦਾ ਜਿਹੜਾ ਰਿਜ਼ਲਟ ਸੀ ਉਹ ਸੀ 1929 ਦਾ ਗ੍ਰੇਟ ਡਿਪਰੈਸ਼ਨ ਜਿਸ ਤੋਂ ਪਹਿਲਾਂ ਇਕਨੋਮੀ ਵਾਸ ਬੂਮਿੰਗ ਇਟ ਵਾਸ ਡੂਇੰਗ ਵੈਰੀ ਵੈਲ ਰਿਪਬਲਿਕਨਸ ਦੇ ਹੱਥ ਤਿੰਨੋਂ ਜਿਹੜੀਆਂ ਪ੍ਰੈਜ਼ੀਡੈਂਸੀ ਸੈਨੇਟ ਔਰ ਕਾਂਗਰਸ ਆਏ ਐਂਡ ਥਿਸ ਲੈਡ ਟੂ ਮੇਜਰ ਡੀ ਰੈਗੂਲੇਸ਼ਨ ਔਰ ਟੈਕਸ ਕਰਚਸ ਦੀ ਇਸ ਲਈ ਵੀ ਗੱਲ ਕਰਦੇ ਨੇ ਵਿਚ ਲੈਡ ਟੂ ਯੂ نو ਦਾ ਗ੍ਰੇਟ ਡਿਪਰੈਸ਼ਨ ਨਾਓ ਉਸ ਦੇ ਸੋਲੂਸ਼ਨ ਵਿੱਚ ਦੁਬਾਰਾ ਆਨ ਦ ਨਿਕ ਡੈਮੋਕਰੈਟਿਕ ਪ੍ਰੈਜ਼ੀਡੈਂਟ ਐਫ ਡੀ ਆਰ ਔਰ ਐਫ ਡੀ ਆਰ ਇਸ ਮੁਲਕ ਦੀ ਸ਼ਕਲ ਹਮੇਸ਼ਾ ਵਾਸਤੇ ਬਦਲ ਦਿੰਦੇ ਨੇ ਇਹ ਜਿਹੜੀਆਂ ਕਾਫੀ ਚੀਜ਼ਾਂ ਸੋਸ਼ਲ ਸਿਕਿਉਰਿਟੀ ਜੈਸੀ ਚੀਜ਼ਾਂ ਯੂ ਨੋ ਜੋ ਅਸੀਂ ਇਸ ਪਹਿਲੇ ਦੇਖਦੇ ਆਂ ਬੈਂਕਿੰਗ ਰੈਗੂਲੇਸ਼ਨਸ ਔਰ ਪ੍ਰੋਡਕਟ ਆਫ ਦ ਗ੍ਰੇਟ ਨਿਊ ਡੀਲ ਗਿਵਨ ਬਾਈ ਦ ਨਿਊ ਡੀਲ ਗਿਵਨ ਬਾਈ ਐਫ ਡੀ ਆਰ ਸਾਨੂੰ ਇਹ ਦੱਸੋ ਜਿਹੜੀ ਐਫ ਡੀ ਆਰ ਦੀ ਜੋ ਇਸ ਕੰਟਰੀ ਨੂੰ ਕੰਟਰੀਬਿਊਸ਼ਨ ਹੈ ਔਰ ਜੋ ਉਹਨਾਂ ਨੇ ਇਸ ਵੇਲੇ ਮੂਵਮੈਂਟ ਕ੍ਰੀਏਟ ਕੀਤੀ ਉਸ ਨੇ ਇੱਕ ਬੜੀ ਪਰਮਨੈਂਟ ਉਹਨਾਂ ਦੀ ਕੰਸਟੀਟਿਊਐਂਸੀ ਉਹਨਾਂ ਦੇ ਵੋਟ ਬੇਸ ਕ੍ਰੀਏਟ ਕਰਤਾ ਐਂਡ ਇਸ ਦੇ ਕਿਹਾ ਜਾਂਦਾ ਕਿ ਜਿਹੜੀ ਮੈਜੋਰਿਟੀ ਬਲੈਕ ਵੋਟ ਡੈਮੋਕ੍ਰੈਟਸ ਨਾਲ ਜੁੜੀ ਹੋਈ ਹੈ ਉਹ ਵੀ ਉਸ ਐਫ ਡੀ ਆਰ ਦੇ ਟਾਈਮ ਉਸ ਤੋਂ ਪਹਿਲਾਂ ਦੇ ਵਰ ਆਲ ਰਿਪਬਲਿਕਨਸ ਵੀ ਸ਼ੁੱਡ ਨਾਟ ਫੋਰਗੇਟ ਦੈਟ ਅਬਰਾਹਮ ਲਿੰਕਨ ਵਾਸ ਅ ਰਿਪਬਲਿਕਨ ਐਫ ਡੀ ਆਰ ਦੇ ਅੰਡਰ ਇਹ ਸਾਰੇ ਜਿਹੜੀ ਮਾਈਨੋਰਿਟੀ ਵੋਟਸ ਹਨ ਉਹ ਡੈਮੋਕ੍ਰੈਟਸ ਤੇ ਕਾਫੀ ਸਾਲਾਂ ਤੱਕ ਹਾਲੇ ਤੱਕ ਇਨ ਅ ਵੇ ਉਹਨਾਂ ਨਾਲ ਜਾਂਦੀ ਹੈ ਸਾਨੂੰ ਇਸ ਹਿਸਟੋਰੀਕਲ ਸ਼ਿਫਟ ਦੇ ਬਾਰੇ ਥੋੜਾ ਦੱਸੋਗੇ ਹਾਂਜੀ ਮੈਨੂੰ ਜਿੱਥੇ ਤੱਕ ਸਮਝ ਪੈਂਦੀ ਹੈ ਮੈਂ ਸ਼ੇਅਰ ਕਰ ਲੈਣਾ ਤੁਹਾਡੇ ਨਾਲ ਜੀ ਅਸੀਂ ਗੱਲ ਕੀਤੀ ਹੈ ਦ ਰਿਐਕਸ਼ਨ ਦ ਰਿਪਬਲਿਕਨ ਰਿਐਕਸ਼ਨ ਹਰਬਰਟ ਹੂਵਰ ਟੂ ਦ ਪ੍ਰੋਗਰੈਸਿਵ ਵਿਲਸੋਨੀਅਨ ਯੂ نو ਕਨਸੈਪਟ ਰਵਿੰਦਰ ਜੀ ਰਵਿੰਦਰ ਜੀ ਆਈ ਥਿੰਕ ਇਹ ਚੀਜ਼ਾਂ ਜਿਹੜੀਆਂ ਨੇ ਇਹ ਇੱਕ ਮਿਸ਼ਰਨ ਹੁੰਦਾ ਹੈ ਜੀ there is a feeling amongst the populace ki sanu sarkar chahiye to take care of us ਜੀ देयर इज अ पार्ट ऑफ द पॉपुलस दैट फील्स सानु ਸਰਕਾਰ ਸਾਡਾ ਖਿਆੜਾ ਛੱਡ ਦੇਵੇ ਰਵਿੰਦਰ ਜੀ ਇਹ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ ਔਰ ਕਿਸ ਟਾਈਮ ਤੇ ਕਿਹੜੀ ਜਿਹੜੀ ਪੋਪੂਲੇਸ਼ਨ ਆ ਵਧਦੀ ਹੈ दैट इज दैट ਡਿਟਰਮਿਨਸ द रिजल्ट्स ऑफ ਇਲੈਕਸ਼ਨਸ ਅਸੀਂ ਇਸ ਬਾਰੇ ਗੱਲ ਕਰਾਂਗੇ ਇੱਕ ਛੋਟੀ ਜੀ ਬ੍ਰੇਕ ਦੇ ਬਾਅਦ ਤੁਸੀਂ ਵੇਖਦੇ ਰਹੋ ધ ਵੇ ਫੋਰਵਰਡ ਦਾ ਵੇ ਫੋਰਵਰਡ ਇਸ ਤੁਹਾਡਾ ਫਿਰ ਤੋਂ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਅੱਜ ਅਸੀਂ ਗੱਲ ਕਰ ਰਹੇ ਹਾਂ ਕਿਵੇਂ ਯੂਐਸ ਵਿੱਚ ਗਵਰਨਮੈਂਟ ਦਾ ਜਿਹੜਾ ਰੋਲ ਹੈ ਉਹ ਕਿਵੇਂ ਕਿਵੇਂ ਵੱਧ ਗਿਆ ਹਿਸਟੋਰੀਕਲੀ ਔਰ ਇਨ ਇਨ ਰਿਐਕਸ਼ਨ ਟੂ ਮੇਜਰ ਇਨਸੀਡੈਂਟਸ ਇਨ ਦਿਸ ਕੰਟਰੀਜ਼ ਹਿਸਟਰੀ ਅੱਜ ਅਸੀਂ ਗੱਲ ਕਰ ਰਹੇ ਹਾਂ ਰਵਿੰਦਰ ਸਿੰਘ ਤਨੇਜਾ ਜੀ ਨਾਲ ਰਵਿੰਦਰ ਜੀ ਬ੍ਰੇਕ ਤੇ ਜਾਣ ਤੋਂ ਪਹਿਲੇ ਤੁਸੀਂ ਸਾਨੂੰ ਐਫਡੀਆਰ ਦੇ ਰੋਲ ਬਾਰੇ ਦੱਸ ਰਹੇ ਸੀਗੇ ਸਾਨੂੰ ਪਲੀਜ਼ ਦੱਸੋ ਹਾਂਜੀ ਮੈਂ ਕਹਿਣਾ ਇਹ ਚਾਰਜਾ ਸਾਂ ਕਿ ਇਹ ਜਿਹੜੀ ਜਿਹਨੂੰ ਅਸੀਂ ਪ੍ਰੋਗਰੈਸਿਵ ਮੂਵਮੈਂਟ ਕਹਿੰਨੇ ਆ ਜੀ ਉਹ ਅਸੀਂ ਇਤਿਹਾਸ ਦੀ ਗੱਲ ਕਰ ਰਹੇ ਸਾਂ ਐਫਟੀਆਰ ਐਸੈਂਸ਼ੀਲੀ ਬਿਲਟ ਔਨ ਗੁਡਰੋ ਵਿਲਸਨ ਜੀ ਤੇ ਅਸੀਂ ਬ੍ਰੇਕ ਵੇਲੇ ਅਸੀਂ ਗੱਲ ਕਰ ਰਹੇ ਸਾਂ ਕਿ ਦੇਖੋ ਵਿਲਸਨ ਦੇ ਨਾਲ ਜਿਹੜਾ ਰੋਲ ਔਰ ਫੰਕਸ਼ਨ ਹੈ ਨਾ ਸਰਕਾਰ ਦਾ ਉਹ ਪਰਤ ਗਿਆ ਜੀ ਸੋ ਫਰਮ ਬੀਇੰਗ ਅ ਪੈਸਿਵ ਓਵਰਸੀਅਰ ਮੇਕਿੰਗ ਸ਼ੋਰ ਕੇ ਵੀ ਪੀਸ ਐਂਡ ਕਾਮ ਹੈਗਾ ਇਟ ਬੀਕਮ ਐਨ ਐਕਟਿਵਿਸਟ ਜੀ ਔਰ ਐਕਟਿਵਿਸਟ ਵੀ ਕਈ ਮਸਾਲਾ ਨੇ ਇੱਕ ਅਸੀਂ ਗੱਲ ਕਰ ਰਹੇ ਸੀ ਸਾ ਕਿ ਜਿਹੜਾ 8 ਆਵਰ ਵਰਕ ਡੇ ਵੇ ਜੀ ਉਹ ਉਦੋਂ ਵਿਲਸਨ ਦੀ ਸਰਕਾਰ ਥੱਲੇ ਨਾਲੇ ੀਟ ਪੈਕਿੰਗ ਇੰਡਸਟਰੀ ਦੇ ਵਿੱਚ ਜਿਹੜੇ ਪਹਿਲੇ ਲਾਜ਼ ਲਾਗੂ ਹੋਏ ਨੇ ਕਲੀਨਲਿਨੈਸ ਦੇ ਔਰ ਦੂਜੇ ਤੀਜੇ ਇਹ ਉਦੋਂ ਹੋਏ ਨੇ ਜੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਲੈਜਿਸਲੇਸ਼ਨ ਜਿਹੜੀ ਹੈ ਪ੍ਰੋਗਰੈਸਿਵ ਜਿਹੜੀ ਸਰਕਾਰ ਇੱਕ ਐਕਟਿਵਿਸਟ ਰੋਲ ਲੈਣ ਲੱਗ ਪਈ ਉਸ ਵੇਲੇ ਇਟ ਬੀਕਮ ਐਨ ਐਕਟਿਵਿਸਟ ਜੀ ਉਹ ਕੰਮ ਜਿਹੜਾ ਐ ਐਫ ਡੀ ਆਰ ਨੇ ਇਨਾ ਅੱਗੇ ਵਧਾ ਦਿੱਤਾ ਜੀ ਔਰ ਇਨਾ ਉਹਨੂੰ ਜਮਾ ਦੇਤਾ ਹੈ ਇਸ ਮੁਲਕ ਦੇ ਵਿੱਚ ਕਿ ਉਹ ਹੁਣ ਸਾਡੀ ਸਾਇਕੀ ਦੇ ਵਿੱਚ ਬੈਠਾ ਹੋਇਆ ਹੈ ਡੀ ਐਨ ਏ ਚ ਇਸ ਮੁਲਕ ਦੇ ਡੀ ਐਨ ਏ ਚ ਬੈਠਾ ਹੋਇਆ ਨੋ ਮੈਟਰ ਵਾਟ ਹੈਪਨਸ ਜੀ ਭਾਵੇਂ 트럼ਪ ਨੂੰ ਵੀ ਲੱਲੋ ਹਮ ਹਮ ਔਰ ਜੋ ਕੁਝ ਵੀ ਉਹ ਕਰੇਗਾ ਉਹਨੇ ਸੋਸ਼ਲ ਸਿਕਿਉਰਿਟੀ ਦੇ ਬਾਰੇ ਗੱਲ ਨਹੀਂ ਕੀਤੀ ਜੀ ਇਸ 4 ਸਾਲਾਂ ਦੇ ਵਿੱਚ there was never any talk so ਕਹਿੰਦਾ ਮੇਰਾ ਪਾਵੇ ਆ ਕਿ we know FDR primarily for social security ji generally speaking जी. but that doesn't mean that was the only thing he did ji ਉਹਨਾਂ ਦਾ ਰੋਲ ਵਿਲਸਨ ਦੇ ਆਈਡੀਆਜ਼ ਨੂੰ ਪ੍ਰੋਗਰੈਸਿਵ ਆਈਡੀਆਜ਼ ਨੂੰ ਅੱਗੇ ਲਿਜਾਣਾ ਬਹੁਤ ਵੱਡਾ ਹੱਥ ਹੈ ਉਹਨਾਂ ਦਾ ਇੱਕ ਪੂਰੀ ਲਿਸਟ ਬਣ ਜਾਂਦੀ ਹੈ ਜਿਹੜੀਆਂ ਉਹਨਾਂ ਨੇ ਏਜੰਸੀਜ਼ ਔਰ ਰੈਗੂਲੇਸ਼ਨਸ ਵਗੈਰਾ ਕੀਤੇ ਕਿਉਂਕਿ ਉਹ ਪਰਸਨੈਲਿਟੀ ਵੀ ਫੋਰਸਫੁਲ ਸਨ ਨਾਲ ਦੇ ਨਾਲ ਉਹਦੇ ਨਾਲ ਕੀ ਸੋਸ਼ਲ ਜਸਟਿਸ ਦੀ ਗੱਲ ਕਰ ਰਹੇ ਸਾਂ ਉਹਦੇ ਵਿੱਚ ਜਿਹੜੀ ਕਿ ਮਾਈਨੋਰਟੀਜ਼ ਨੇ ਉਹਨਾਂ ਨੂੰ ਪੁਲ ਇਨ ਕੀਤਾ ਐਫ ਡੀ ਆਰ ਨੇ ਉਹ ਇੱਕ ਤਰੀਕਾ ਦੇ ਵਿੱਚ ਸਾਰਿਆਂ ਲੋਕਾਂ ਦੀ ਜਿਹੜੀ ਹੈ ਕਿਸਮ ਦੀ ਅੰਸ਼ ਬਣ ਗਿਆ ਰਿਫਲੈਕਸ਼ਨ ਬਣ ਗਿਆ ਸਾਰੀ ਪੋਪੂਲੇਸ਼ਨ ਦੀ ਇਹ ਉਹਦੇ ਅੰਦਰ ਇਹ ਵੀ ਇੱਕ ਬੜੀ ਵੱਡੀ ਗੱਲ ਵਿਲਸਨ ਨੇ ਕਹੀ ਹੈ ਉਸ ਤੋਂ ਪਹਿਲਾਂ ਬ੍ਰਾਇਨ ਜੈਨਿੰਗਸ ਨੇ ਵੀ ਆਖੀ ਸੀ ਕਿ ਜਿਹੜਾ ਪ੍ਰੈਜ਼ੀਡੈਂਟ ਹੈ ਨਾ ਜੀ ਉਹਦੇ ਕੋਲ ਥੋੜੀ ਐਨਰਜੀ ਹੋਣੀ ਚਾਹੀਦੀ ਜੀ ਇਨਦਰ ਵਰਡਸ ਕਿ ਉਹ ਮਤਲਬ ਇਹ ਕਿ ਜਿਹੜੇ ਵੱਖਰੇ ਵੱਖਰੇ ਆਧਾਰੇ ਨੇ ਸਰਕਾਰ ਦੇ ਉਹਨਾਂ ਨੂੰ ਖਿੱਚ ਕੇ ਕੋਆਰਡੀਨੇਟ ਕਰ ਸਕੇ ਟੂਵਰਡਸ ਅ ਪਰਟਿਕੂਲਰ ਐਂਡ ਹਮ ਸੋ ਐਫਟੀਆਰ ਵਾਸਤੇ ਡਿਪਰੈਸ਼ਨ ਵਾਸ ਦ ਥਿੰਗ ਦੈਟ 무ਵਡ ਹਿਮ ਪਰ ਉਹਨੇ ਇਹ ਤੈਅ ਕੀਤਾ ਕਿ ਜਿਹੜਾ ਆਮ ਬੰਦਾ ਹੈ ਉਹ ਕਦੀ ਫੇਰ ਦੁਬਾਰਾ ਇਸ ਸਿਚੁਏਸ਼ਨ ਚ ਨਾ ਆਵੇ 25% ਜਿੱਥੇ ਸਾਡੀ ਅਨਇੰਪਲੋਇਮੈਂਟ ਸੀ ਰੇਟਸ ਦੇ ਜੀ ਜੀ ਜਿਹੜੇ ਕੁਐਸਚਨ ਦੇ ਸਹੀ ਪੇਡਡ ਸੋਸ਼ਲ ਸਿਕਿਉਰਿਟੀ ਕਿ ਤੁਹਾਨੂੰ ਲਾਈਫਟਾਈਮ ਗਾਰੰਟੀ ਹੈ ਉਹਦਾ ਫਾਇਦਾ ਅਸੀਂ ਸਾਰੇ ਪੇ ਲੈ ਰਹੇ ਹਾਂ ਹਮ ਹਮ ਅੱਜ ਵੀ ਤੇ ਤੇ ਰਵਿੰਦਰ ਜੀ ਇਸ ਦੇ ਉੱਪਰ ਫਰਦਰ ਜਿਹੜਾ ਬਿਲਡ ਕੀਤਾ ਹੈ ਔਰ ਇੱਕ ਪਰਮਨੈਂਟ ਸਟੈਂਪ ਜਿਹੜੀ ਉਹ ਯੂ ਕੈਨ ਸੇ ਜான்ਸਨ ਦੇ ਜਿਹੜੀ ਗ੍ਰੇਟ ਸੋਸਾਇਟੀ ਹੈ 64 65 ਇਹ ਜਿਹੜਾ ਸਿਵਲ ਰਾਈਟਸ ਔਰ VOTING ਰਾਈਟਸ ਦਾ ਜਿਹੜਾ ਪੀਰੀਅਡ ਹੈ ਇਜ਼ ਇਟ ਰਾਈਟ ਟੂ ਸੇ ਜੀ ਬਿਲਕੁਲ ਬਿਲਕੁਲ ਬਟ ਆਈ ਥਿੰਕ ਬਿਫੋਰ ਵੀ ਗੋ ਟੂ ਜான்ਸਨ ਜਿਹੜਾ ਵਿਲਸਨ ਦਾ ਰੋਲ ਹੈ बिकॉज ਉਹਦੇ ਉੱਤੇ ਵਰਲਡ ਵਾਰ 2 ਜੀ ਆ ਗਿਆ ਨਾਲ ਦੇ ਨਾਲ ਹੀ ਡਿਪਰੈਸ਼ਨ ਦੇ ਨਾਲ ਦੇ ਨਾਲ ਹੀ ਸੋ ਦੇਖੋ ਨਾ ਅਸੀਂ ਗੱਲ ਕਰਸੇ ਕਿ ਇਤਿਹਾਸ ਜਿਹੜੀ ਹੈ ਇਹ ਇੱਕ ਮੌਕੇ ਵੀ ਬਣਾ ਦਿੰਦੀ ਹੈ ਜੀ ਠੀਕ ਹੈ ਜੀ ਜੇ ਵਰਲਡ ਵਾਰ 2 ਨਾ ਹੁੰਦੀ ਤੇ ਸ਼ਾਇਦ ਕੁਝ ਹੋਰ ਗਵਰਨਮੈਂਟ ਦਾ ਰੋਲ ਇਹਨਾਂ ਨਾ ਵਧਦਾ ਹੂੰ सोशल सिक्योरिटी दे ਨਾਲ वर्ल्ड वॉर 2 on the ਨਾਲ ਜਿਹੜੀ ਨੈਸ਼ਨਲ ਮੋਬਿਲਾਇਜ਼ੇਸ਼ਨ ਹੋਈ ਹੈ ਜੀ ਜਿਹੜੀ ਸਾਰੀ ਪ੍ਰੋਡਕਸ਼ਨ ਦੇ ਮੀਨਸ FDR ਨੇ ਜੀ ਮਤਲਬ ਅਪਣਾਲੇ राइट दिस वाज समथिंग दैट वाज 언हर्ड ऑफ ਕੋਇਟੇ ਵਿਲਸਨ ਦੇ ਨਾਲ ਵੀ ਸਨ ਬਟ ਉਸ ਪੈਮਾਨੇ ਤੇ ਨਹੀਂ ਕਿਉਂਕਿ ਵਰਲਡ ਵਾਰ 1 ਚ ਉਹ ਜਾਣ ਨਹੀਂ ਸੀ ਚਾਹਦਾ ਬਟ ਹੀ অলਸੋ ਹੈਡ ਟੂ ਨੈਸ਼ਨਲਾਈਜ਼ ਰਿਸੋਰਸਸ ਬਟ ਇਟ ਹੈਪਨਡ ਫਾਰ ਗ੍ਰੇਟਰ ਅੰਡਰ ਰੋਜ਼ਵੈਲ ਜੀ ਸੋ ਦੇਖੋ ਰੋ ਵਧ ਗਿਆ ਗਵਰਨਮੈਂਟ ਕੋ ਇਸ ਦੇ ਨਾਲ ਨਾਲ ਜਿਹੜੀਆਂ ਇੰਸਟੀਟਿਊਸ਼ਨਸ ਬਣੀਆਂ ਜਿਸ ਦਾ ਸੀਆਏ ਹੈਗੀ ਇੰਸਟੀਟਿਊਸ਼ਨ ਇੰਟੈਲੀਜੈਂਸ ਬਾਅਦ ਦੀ ਸੈਕਿੰਡ ਵਰਲਡ ਵਾਰ ਤੋਂ ਬਾਅਦ ਇਹਦੇ ਨਾਲ ਔਰ ਬਾਅਦ 2000 ਤੋਂ ਬਾਅਦ ਇੱਕ ਯੂਐਸਏ ਦੇ ਵਿੱਚ ਨਵੀਂ ਐਕਚੁਅਲੀ ਵਰਲਡ ਵਾਰ 1 ਤੋਂ ਬਾਅਦ ਹੀ ਜੀ ਪਰ ਉਹ ਬਾਤ ਤੋਂ ਬੰ ਵਿਲਸਨ ਜਿਹੜਾ ਸੀ ਉਹ ਕਹਿਣ ਲੱਗਾ ਕਿ ਅਮਰੀਕਾ ਦਾ ਰੋਲ ਹੈਗਾ ਦੁਨੀਆ ਨੂੰ ਦੁਨੀਆ ਦਾ ਲੀਡਰ ਹੋਣਾ ਯਾ ਲੀਗ ਆਫ ਨੇਸ਼ਨਸ ਪੀਸ ਆਫ ਨੇਸ਼ਨਸ 14 ਪੁਆਇੰਟਸ ਉਹਨੇ ਜਿਹੜਾ ਇਹ ادارਾ ਇੰਸਟੀਟਿਊਸ਼ਨ ਨੇ ਲੀਗ ਆਫ ਨੇਸ਼ਨਸ ਦੀ ਉਹਨੇ ਬੜਾ ਵੱਡਾ ਹੱਥ ਹੈ ਉਹਦਾ ਜੀ 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 ਸੋ ਯੂ ਸੀ ਅਮਰੀਕਾ ਆਪਣੇ ਆਪ ਨੂੰ ਕਿਵੇਂ ਦੇਖਦਾ ਹੈ ਇਹ ਵੀ ਸਮੇਂ ਦੇ ਨਾਲ-ਨਾਲ ਪਰਤਦਾ ਜਾਂਦਾ ਹੈ ਜੀ ਸੋ ਵਰਲਡ ਵਾਰ 2 ਤੋਂ ਬਾਅਦ there was no question ਕਿ ਯੂ ਐਸ اے ਦਾ ਲੀਡਰਸ਼ਿਪ ਰੋਲ ਦੁਨੀਆ ਦੇ ਅੰਦਰ ਨਾ ਸਿਰਫ ਲਾਜ਼ਮੀ ਹੈ ਬਟ ਰਿਕੁਆਇਰਡ ਹੈ ਜੀ ਸੋ ਤੁਸੀਂ ਦੇਖੋ ਨਾ ਜਦੋਂ ਹੁਣ ਉੱਥੇ ਬਾਹਰ ਮਾਰਸ਼ਲ ਪਲਾਨ ਲਾਗੂ ਕੀਤਾ ਟ੍ਰੂਮੈਨ ਨੇ ਕਿਉਂਕਿ ਰੋਜ਼ਵੈਲਟ ਦੇ ਮਰ ਗਿਆ ਸੀ ਇੱਕ ਸਾਲ ਪਹਿਲਾਂ ਹੀ ਉਹ ਔਰ ਖਤਮ ਹੋ ਗਏ ਜੀ ਇਹੋ ਜੀਆਂ ਜਿਹੜੀਆਂ ਇੰਸਟੀਟਿਊਸ਼ਨਸ ਨੇ ਇਹ ਫਿਰ ਬਣਾਉਣੀਆਂ ਪੈਂਦੀਆਂ ਨੇ ਜਦੋਂ ਤੁਸੀਂ ਦੁਨੀਆ ਦੇ ਉੱਤੇ ਨਜ਼ਰ ਰੱਖਣੀ ਹੈ ਔਰ ਕਾਬੂ ਰੱਖਣਾ ਹੈ ਜੀ ਤੇ ਤੁਹਾਨੂੰ ਫਿਰ ਇਹੋ ਜਿਹੀ ਏਜੰਸੀਆਂ ਤੇ ਜਿਹੜੀਆਂ ਨੇ ਇੰਸਟੀਟਿਊਸ਼ਨਸ ਤਿਆਰ ਕਰਨੀਆਂ ਪੈਂਦੀਆਂ ਨੇ ਜੀ ਤੁਹਾਡਾ ਪੈਸਾ ਵੀ ਖਰਚ ਹੁੰਦਾ ਹੈ ਫਿਰ ਤੁਹਾਨੂੰ ਫੋਰਨ ਐਡ ਆਫਿਸ ਵੀ ਬਣਾਉਣੇ ਪੈਂਦੇ ਹਨ ਜੀ ਰੋਸਵੈਲਟ ਨੂੰ ਬੈਂਕਿੰਗ ਦੀ ਵੀ ਤਕਲੀਫ ਸੀ ਬੈਂਕਿੰਗ ਨੂੰ ਵੀ ਫਿਕਸ ਕਰਨਾ ਪੈਂਦਾ ਸੋ ਦੈਟਸ ਹਾਊ ਇਟ ਸਟਰਡ ਮੂਵਸ ਦੈ ਤਦੇ ਸੀ ਇੰਟਰਨੈਸ਼ਨਲ ਮੋਨਟਰੀ ਸਿਸਟਮ ਵੀ ਬਣਾਇਆ ਜੀ 올 ਆਫ ਦੈਟ ਮੀਨਸ ਦੈ ਯੋਰ ਗਵਰਨਮੈਂਟ ਇਜ਼ ਚੇਂਜਿੰਗ ਵੈਦਰ ਯੂ ਲਾਈਕ ਇਟ অর ਨਾਟ ਇਟਸ ਜਸਟ ਹੈਪਨਿੰਗ ਇਟਸ ਆਰਗੈਨਿਕ ਗਰੋਥ ਰਾਈਟ ਜੀ ਤੇ ਹੁਣ ਅਸੀਂ ਆਨੇ ਲਿੰਡਨ ਜான்ਸਨ ਤੇ ਇਫ ਯੂ ਵਾਂਟ ਟੂ ਜੀ ਬਟ ਅਗੇਨ ਬਿਲਡਿੰਗ ਮੋਰ ਔਨ ਥੈਟ ਕਿਉਂਕਿ ਹੁਣ ਤੱਕ ਦੇਖੋ ਨਾ 50s ਦੇ ਵਿੱਚ ਪ੍ਰੋਸਪੈਰਿਟੀ ਬੜੀ ਸੀ ਆਇਜ਼ਨਹਾਵਰ ਦੇ ਥੱਲੇ ਕੋ ਬਹੁਤ ਹੀ ਚੂਚਾ ਨਹੀਂ ਸੀ ਲੇਕਿਨ ਹੋਣੀ ਸ਼ੁਰੂ ਹੋ ਗਈ ਸੀ ਜੀ ਸੋਸ਼ਲ ਜਸਟਿਸ ਦੀ ਫਿਰ ਤੋਂ ਕਿਉਂਕਿ ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ ਕਿ ਅਮਰੀਕਾ ਦੇ ਇਤਿਹਾਸ ਦੇ ਵਿੱਚ ਨਾਲ ਨਾਲ ਇੱਕ ਲੜੀ ਚੱਲਦੀ ਆ ਰਹੀ ਹੈ ਬਲੈਕਸ ਦੀ ਜੀ ਇਹਨਾਂ ਦੀ ਜਿਹੜੀ ਇਹਨਾਂ ਦਾ ਇਤਿਹਾਸ ਨਾਲ ਦੇ ਨਾਲ ਚੱਲਦਾ ਆ ਰਿਹਾ ਹੈ ਜਿਹੜੀ ਕਾਲਕ ਹੈ ਇਹ ਨਾਲ ਇਹ ਮੈਲ ਚੱਲਦੀ ਆ ਰਹੀ ਨਾਲ ਸੋ ਇਹ ਨੇ ਫਿਰ ਸਿਰ ਚੁੱਕਿਆ ਯੂ ਨੋ 60s ਦੇ ਵਿੱਚ ਲੇਟ 50s ਦੇ ਵਿੱਚ ਜான்ਸਨ ਦੇ ਨਾਲ ਰੈਸ਼ੀਅਲ ਤੁਸੀਂ ਕੱਲ ਕਹਿ ਰਹੇ ਹੋ ਜਿਹੜਾ ਇੱਕ ਰੈਸ਼ੀਅਲ ਇਤਿਹਾਸ ਹੈਗਾ ਇਸ ਦਾ ਜੀ ਹਾਂ ਜੀ ਇਹ ਨਾਲ ਨਾਲ ਚੱਲਦਾ ਹੈ ਜੀ ਸੋ ਲਿੰਡਨ ਜான்ਸਨ ਨੇ ਉਹਨੂੰ ਐਡਰੈਸ ਕੀਤਾ ਸਿਵਲ ਰਾਈਟਸ ਐਕਟ ਨਾਲ ਜਿਹਦੇ ਕਰਕੇ ਇਹ ਸਾਰੀ ਸ਼ਿਫਟ ਆ ਗਈ ਡੈਮੋਗ੍ਰਾਫਿਕ ਪੋਲਿਟਿਕਸ ਦੀ ਸ਼ਿਫਟ ਜੀ ਜਿਹੜੇ ਕਿ ਰਿਪਬਲਿਕਨ ਹੁੰਦੇ ਸਨ ਜੀ ਬਲੈਕਸ ਉਹ ਸਾਰੇ ਇਸ ਪਾਸੇ ਆ ਗਏ ਜੀ ਸੋ ਅਸੀਂ ਇਹ ਦੇਖ ਰਹੇ ਹਾਂ ਕਿ ਇਹ ਕੋਈ ਚੀਜ਼ ਸਥਿਰ ਨਹੀਂ ਹੈ ਇਤਿਹਾਸ ਸਥਿਰ ਨਹੀਂ ਹੈਗਾ ਜੀ 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 ਫਜ਼ੂਲਦਾ ਰਹਿੰਦਾ ਹੈ ਇਹ ਕਰਵਟਾਂ ਜਿਹੜੀਆਂ ਨੇ ਲੈਂਦਾ ਰਹਿੰਦਾ ਜੀ 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 ਉਸ ਤੋਂ ਬਾਅਦ ਦੇਖੋ 911 ਆਇਆ ਤੁਹਾਡੀ ਹੋਮ ਲੈਂਡ ਸਿਕਿਉਰਿਟੀ ਬਣ ਗਈ ਜੀ ਸਾਈਬਰ ਸਿਕਿਉਰ ਜਿੱਥੇ ਫਿਜ਼ੀਕਲ ਸਿਕਿਉਰਿਟੀ ਦੀ ਗੱਲ ਸੀ ਜੈਫਰਸਨ ਦੇ ਵੇਲੇ ਹੁਣ ਸਾਈਬਰ ਸਿਕਿਉਰਿਟੀ ਦੀ ਗੱਲ ਜੀ 100 ਸਾਲ ਪਹਿਲਾਂ ਵਿਲਸਨ ਪ੍ਰੋਗਰੈਸਿਵ ਆਈਡੀਆਸ ਚਲਾ ਰਹੇ ਸੀ ਹੂ ਬੂ 100 ਸਾਲ ਬਾਅਦ ਅੱਜ ਪ੍ਰੋਗਰੈਸਿਵ ਆਈਡੀਆਸ ਫੇਰ ਖੜੇ ਹੋਏ ਹੋਏ ਨੇ ਜੀ ਸੋ ਹਿਸਟਰੀ ਡਸ ਰਿਪੀਟ ਇਟਸੈਲਫ ਜੀ 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 ਨੀਡ ਦੇ ਹਿਸਾਬ ਦੇ ਨਾਲ ਯੂ نو ਇਹ ਇਹ ਚੀਜ਼ ਸਮਝਣ ਦੇ ਲੋੜ ਹੈ ਦ ਐਨਲਾਈਟਨਮੈਂਟ ਦਾ ਜਿਹੜਾ ਸਭ ਤੋਂ ਵੱਡਾ ਆਈਡੀਆ ਸੀਗਾ ਜான் ਲਾਕ ਜਿਨ੍ਹਾਂ ਨੂੰ ਯੂ نو ਜੈਫਰਸਨ ਵੀ ਬੰਦੇ ਸੀਗੇ ਹੀ ਸੈਟ ਦੈਟ ਹਿਊਮਨਸ ਰੀਐਕਟ ਟੂ ਸਰਕਮਸਟੈਂਸਸ ਉਨ ਜਦ ਜਦ ਯੂ ਐਸ ਯੂ ਨੋ ਫਾਊਂਡਿੰਗ ਹੋਈ ਹੈ ਸੋ ਦੇ ਹੈਡ ਜਸਟ ਕਮ ਯੂ ਨੋ ਦੇ ਹੈਡ ਰਿਬੈਲਡ ਅਗੇਂਸਟ ਅ ਮੋਨਾਰਕੀ ਇੱਕ ਰਾਜ ਦੇ ਖਿਲਾਫ ਉਹਨਾਂ ਨੇ ਲੜਾਈ ਲੜੀ ਇਸ ਕਰਕੇ ਉਹਨਾਂ ਨੇ ਇਹ ਲਾਜ਼ ਬਣਾਏ ਕਿ ਬਈ ਕੋਈ ਵੀ ਸਰਕਾਰ ਜਿਹੜੀ ਹੈ ਤੁਹਾਡੀ ਇਨ ਚੀਜ਼ਾਂ ਦੇ ਉੱਪਰ ਯੂ نو ਇਸ ਕਿਸਮ ਦੇ ਤੁਹਾਡੀ ਲਿਬਰਟیز ਟੇਕ ਅਵੇ ਨਹੀਂ ਕਰ ਸਕਦੀ ਇਹਨਾਂ ਬਿਕੋਜ਼ ਉਹ ਜਿਹੜਾ ਰਾਜਾ ਸੀ ਉਹ ਕਰਦਾ ਸੀਗਾ ਦੇ ਕ੍ਰੀਏਟਿਡ ਦੈਟ ਯੂ نو ਰੂਲ ਆਫ ਲਾ ਬਟ ਵਿਦ ਟਾਈਮ ਹੀ ਇਸ ਵੇਖੀ ਗਈ ਐਸ ਯੂ ਸੈਡ ਕਿ ਬਈ ਸੋਸਾਇਟੀ ਜਿਹੜੀ ਹੈ ਕੰਪਲੈਕਸ ਹੁੰਦੀ ਗਈ ਉਸ ਦੀ ਨੀਡਸ ਬਦਲਦੀ ਗਈਆਂ ਉਹ ਜਿਵੇਂ ਨੀਡਸ ਬਦਲਦੀ ਐ ਉਸ ਤਰ੍ਹਾਂ ਲਾਜ਼ ਬਦਲ ਗਏ ਕਿ ਗਵਰਨਮੈਂਟ ਦਾ ਜਿਹੜਾ ਇੱਕ ਰੋਲ ਜਿੱਥੇ ਜਿਸ ਤਰ੍ਹਾਂ ਤੁਸੀਂ ਦੱਸਿਆ ਪਹਿਲੇ ਖਾਲੀ ਫਿਜ਼ੀਕਲ ਸਕਿਉਰਿਟੀ ਸੀ ਉੱਥੇ ਜਿਹੜੀ ਵੈਲ ਬੀਇੰਗ ਹੁਣ ਅਗਰ ਭੁਖਮਰੀ ਹੋਏ ਸੋਸਾਇਟੀ ਵਿੱਚ ਤੇ ਸਭ ਚੋਰੀਆਂ ਕਰਨਗੇ ਰਾਈਟ ਮਾਰਾਂਗੇ ਇੱਕ ਦੂਸਰੇ ਨੂੰ ਔਰ ਉਸ ਨੂੰ ਰੋਕਣ ਦਾ ਸਿਫਤ ਤਰੀਕਾ ਐਫੀਸ਼ੀਐਂਟ ਪੋਲਿਸਿੰਗ ਨਹੀਂ ਹੈ ਅਗਰ ਉਸ ਜਿਹੜੀ ਯੂ ਨੋ ਪਾਵਰਟੀ ਦੂਰ ਕੀਤੀ ਜਾਏ ਉਹਨ ਲੋਗਾਂ ਨੂੰ ਐਜੂਕੇਸ਼ਨ ਦਿੱਤੀ ਜਾਏ ਉਹਨਾਂ ਜਿਹੜੇ ਉਹਨਾਂ ਦੇ ਪ੍ਰੋਸਪਰਿਟੀ ਲਈ ਜਾਏ ਥੈਟ ਮਾਈਟ ਬੀ ਅ ਬੈਟਰ ਐਂਡ ਮੋਰ ਲਾਸਟਿੰਗ ਵੇ

ਇਕ ਕੁਛ ਸਟੇਟਸ ਵਿੱਚ ਨਾਰਥ-ਈਸਟ ਸਟੇਟਸ ਵਿੱਚ ਸਲੇਵਰੀ ਖਤਮ ਸਗੀ ਸਾਊਥ ਵਿੱਚ ਸਟਿਲ ਸਲੇਵਰੀ ਸਗੀ ਫੈਡਰਲ ਗਵਰਨਮੈਂਟ ਨੇ ਕਿਹਾ ਕਿ ਬਈ ਸਲੇਵਰੀ ਖਤਮ ਕਰਨੀ ਹੈ ਸਟੇਟਸ ਨੇ ਕਿਹਾ ਨਹੀਂ ਜੀ ਇਹ ਸਟੇਟ ਰਾਈਟ ਹੈ ਫੈਡਰਲ ਗਵਰਨਮੈਂਟ ਇਨੀ ਵੱਡੀ ਨਹੀਂ ਹੈ ਕਿ ਉਹ ਸਾਡੇ ਉੱਪਰ ਯੂ ਨੋ ਇਹ ਲਾ ਬਣਾ ਸਕੇ ਸਾਡੇ ਵਾਸਤੇ ਥੈਟ ਵਾਸ ਦ ਆਪੋਜੀਸ਼ਨ ਅਗੇਨ ਜਦ ਵੋਟ ਸਿਵਲ ਰਾਈਟਸ ਦੀ ਗੱਲ ਹੋਈ ਹੈ ਯੂ ਨੋ ਸਮਬਡੀ ਲਾਈਕ ਬੈਰੀ ਗੋਲਡਵਾਟਰ उन्होंने ही सीन यू सम वर्ड ऑफ अ यू नो बिगट और डेमोगाग क्योंकि ही सेड कि भाई सिविल राइट जी है गवर्नमेंट उसके ऊपर ना अपनाए uh, हर स्टेट जी है ओ अपने राइट्स में यू आर इनफ्रिंजिंग अपॉन स्टेट राइट्स राइट that that, I, that was his main focus right, although uh, yes. he he might not be that much of a bigot which is showed later but uh, you know ajdia constitution de jehri gallan oh basic fundamentals nal assi kinne hardline nal stick karde ha that also you know sometimes uh, uh, creates problem in uh -huh. getting those those solutions uh, <laughs> ravinder ji assi <laughs> todde nal eh gall jari rakhange ik choti ji break de baad tusi vekhde ro the way forward the way podcast ਉਪਰਤੋ ਸਵਾਗਤ ਹੈ ਮੈਂ ਤੁਹਾਡਾ ਹੋਸਟ ਹਰਜੋਤ ਸਿੰਘ ਰਵਿੰਦਰ ਜੀ ਜਿੱਥੇ ਅਸੀਂ ਇਸ ਮੁਲਕ ਦੇ ਯੋ ਸੰਵਿਧਾਨ ਫੰਡਮੈਂਟਲਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਐਜ਼ ਅ ਕਮਿਊਨਿਟੀ ਅਸੀਂ ਜਾਨਣਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਮਤ ਹੈ ਸਾਡੀ ਜਿਹੜੀ ਸਿੱਖ ਮਤ ਹੈ ਸਾਡੇ ਗੁਰੂ ਨਾਨਕ ਦੀ ਜਿਹੜੀ ਮਤ ਹੈ ਉਹ ਇਸ ਇਸ ਸੋਸਾਇਟੀ ਨਾਲ ਇਸ ਕਨਸਟੀਟਿਊਸ਼ਨ ਦੇ ਨਾਲ ਇਸ ਮੁਲਕ ਦੀ ਬੇਸਿਕ ਅੰਡਰਸਟੈਂਡਿੰਗ ਨਾਲ ਕਿੰਨੀ ਕੁ ਛਰਲਦੀ ਮਿਲਦੀ ਹੈ ਕਿਵੇਂ ਹਾਊ ਡਸ ਇਟ ਫਿਟ ਇ ਕਿ ਤੁਸੀਂ ਕਹਿਣਾ ਚਾਹੋਗੇ ਇਸ ਬਾਰੇ ਦੇਖੋ ਇਹਨੂੰ ਸਮਝਣ ਵਾਸਤੇ ਸਾਨੂੰ ਸਮਝਣਾ ਪਏਗਾ ਕਿ ਗੁਰੂ ਨਾਨਕ ਦਾ ਮੁੱਢਲਾ ਵਿਚਾਰ ਮਨੁੱਖ ਬਾਰੇ ਕੀ ਹੈ ਜੀ you know what is his idea of a human mm -hmm. because yaad yeah. rahe ki a constitution we jedi khadi hai yeah. it is based on the idea of what a human is and individual is ji theek hai na so I main os sahab na utte ode ek uh, usari hoyi hui hai ji yeah. so sanu oh samajhna payega dusri gal sanu eh samajhni payegi ki ke... dusri jang to baad primarily assi ਵੈਸਟਰਨ ਵਿਚਾਰਧਾਰਾ ਵੈਸਟਰਨ ਇਕਨੋਮਿਕ ਸਟਰਕਚਰਸ ਰਾਈਟ ਕੈਪੀਟਲਿਜ਼ਮ ਪੂੰਜੀਵਾਦ ਜਮਹੂਰੀਅਤ ਡੈਮੋਕ੍ਰੇਸੀ ਟੈਕਨੋਲੋਜੀ ਇਹ ਬੇਸਿਕਲੀ ਫਰੇਮਵਰਕ ਹੈ ਜਿਹਦੇ ਵਿੱਚ ਅਸੀਂ ਸਾਰੀ ਦੁਨੀਆ ਤਕਰੀਬਨ ਕੰਮ ਕਰ ਰਹੀ ਹੈ ਜੀ ਹੁਣ ਦੇਖਣ ਵਾਲੀ ਗੱਲ ਹੈ ਜਿਸ ਤਰ੍ਹਾਂ ਮੈਂ ਦੇਖਦਾ ਹਾਂ ਜਾਂ ਮੈਂ ਸੋਚਦਾ ਹਾਂ ਪੂੰਜੀਵਾਦ ਜਿਹੜਾ ਹੈ ਇਹਦੀ ਜਿਹੜੀ ਬੇਸਿਕ ਅਸਮਪਸ਼ਨ ਹੈ ਕਿ ਇਹ ਗੁਰੂ ਨਾਨਕ ਦੀ ਸੋਚ ਨਾਲ ਰਲਦੀ ਹੈ ਜੀ ਪੂੰਜੀਵਾਦ ਦੀ ਬੇਸਿਕ ਅਸਮਪਸ਼ਨ ਇਹ ਹੈ ਕਿ ਬੰਦਾ ਜਿਹੜਾ ਐਟ ਬਾਟਮ ਖੁਦ ਗਰਜ਼ੇ ਜੀ ਉਹ ਆਪਣਾ ਐਂਡ ਪਰਸਿਊ ਕਰ ਰਿਹਾ ਹੈ ਹਮਮ دوسری ਗੱਲ ਇਹ ਜਿਹੜੀ ਜੈਫਰਸਨ ਕਹਿੰਦਾ ਆ ਰਿਹਾ ਹੈ ਲੋਕ ਤੋਂ ਸਮਝ ਕੇ ਜਾਂ ਨਾ ਸਮਝ ਕੇ ਕਿ ਇਨਸਾਨ ਕੱਲਾ ਹੈ ਜੀ ਔਰ ਉਹ ਆਪਣਾ ਏਮ ਜਿਹੜਾ ਹੈ ਐਸ ਐਨ ਇੰਡੀਵਿਜੂਅਲ ਲਾ ਰਿਹਾ ਜੀ ਹੁਣ ਜੇ ਅਸੀਂ ਗੁਰੂ ਨਾਨਕ ਵਾਲ ਵੇਖੀਏ ਹਮਮ ਤੇ ਉਹ ਕੀ ਕਹਿ ਰਹੇ ਹਨ ਸਾਨੂੰ ਜੀ ਉਹ ਤੇ ਇਕਤਾ ਦੀ ਗੱਲ ਕਰ ਰਹੇ ਨੇ ਜੀ ਇੱਕ ਹੈ ਅਨੇਕ ਹੈ ਹਮ ਜੀ ਇੱਕ ਓੰਕਾਰ ਮਤਲਬ ਹੈ ਕਿ ਜਿਹੜਾ ਬੰਦਾ ਬਿਲਕੁਲ ਆਈਸੋਲੇਟਡ ਔਰ ਕੱਲਾ ਹੈ ਉਹ ਏਕਤਾ ਦੀ ਗੱਲ ਤੇ ਨਹੀਂ ਕਰ ਸਕਦਾ ਹਾਂ ਹਾਂ ਸਹੀ ਫੰਡਮੈਂਟਲੀ ਡਿਫਰੈਂਟ ਹੈ ਜੀ ਦੂਸਰੀ ਗੱਲ ਇਹ ਹੈ ਕਿ ਗੁਰੂ ਨਾਨਕ ਦੀ ਫਿਲਾਸਫੀ ਦੇ ਵਿੱਚ ਮਨਮੁਖ ਜੋ ਹੈ ਜੀ ਉਹ ਆਪਣੇ ਮਨ ਦੇ ਵਿਚਾਰਾਂ ਦੇ ਮਗਰ ਦੌੜਦਾ ਹੈ ਔਰ ਆਪਣੀ ਜਿਹੜੀ ਜਿਹੜੀ ਜਿਹਨੂੰ ਅਸੀਂ ਕਹਿੰਦੇ ਆ ਰਾਈਟਸ ਨੇ ਜਿਹੜੇ ਕਿ ਉਹਦੇ ਗੋਲਸ ਨੇ ਸੈਲਫ ਇੰਟਰਸਟ ਜਿਹਨੂੰ ਕਹਿੰਦੇ ਨੇ ਜੀ ਰਾਈਟ ਜਿਹਦੇ ਤੇ ਇਹ ਇੰਡੀਵਿਜੂਅਲਿਜ਼ਮ ਬੇਸਡ ਹੈ ਜੀ ਗੁਰੂ ਜੀ ਤੇ ਉਹਨੂੰ ਮਨਮੁਖ ਆਖਦੇ ਨੇ ਉਹ ਤਾਂ ਕਹਿੰਦੇ ਨੇ ਤੂੰ ਗੁਰਮੁਖ ਬਣ ਤੇ ਜਦੋਂ ਕੋਈ ਗੁਰਮੁਖ ਬਣ ਜਾਂਦਾ ਹੈ ਉਦੋਂ ਕੀ ਕਹਿੰਦੇ ਨੇ ਵੀ ਉਹ ਤੇ ਸਾਰੀ ਜਗਤ ਦੀ ਪਰਉਪਕਾਰ ਕਰਨ ਵਾਸਤੇ 댓 ਮੀਨਸ ਸਰਵਿਸ ਜੀ ਯੂ ਸੀ ਸੋ 댓 ਇਜ਼ ਅ ਵੈਰੀ I don't know where it fits in here, but I would say to you that Jay, Guru Nanak would certainly speak up against the exploitative danger of capitalism mm -hmm. because it can be exploitative. Ravinder, I feel that. ਕੈਪੀਟਲਿਜ਼ਮ ਨੂੰ ਸਮਹਾਉ ਯੂ نو ਐਕਸਪਲੋਇਟੇਟਿਵ ਦੇਖਿਆ ਜਾਂਦਾ ਹੈ ਨੈਗੇਟਿਵਲੀ ਦੇਖਿਆ ਜਾਂਦਾ ਹੈ ਬਟ ਇਨ ਸਰਟਨ ਵੇਜ਼ ਲੈਟਸ ਲੈਟਸ ਲੁੱਕ ਐਟ ਦਾ ਟਾਈਮ ਯੂ نو ਆਫਟਰ ਆਫਟਰ ਰੀਕਨਸਟਰਕਸ਼ਨ 1870s ਦੇ ਬਾਅਦ ਦ ਗਿਲਡਡ ਪੀਰੀਅਡ ਜਿਸ ਨੂੰ ਕਹਿੰਦੇ ਹਨ ਜਿਹਦੇ ਬਹੁਤ ਤਰੱਕੀ ਕੀਤੀ ਇਸ ਕੰਟਰੀ ਨੇ ਔਰ ਉਹ ਜਿਹੜੇ ਇੰਡੀਵਿਜੂਅਲ ਸੀਗੇ ਹੂ ਮੇਡ ਯੂ نو ਲੋਟਸ ਆਫ ਮਨੀ ਲੋਟਸ ਐਂਡ ਲੋਟਸ ਆਫ ਮਨੀ ਉਹ ਲੋਗਾਂ ਨੇ ਬਹੁਤ ਜ਼ਿਆਦਾ ਸੋਸ਼ਲ ਵੈਲਫੇਅਰ ਦੇ ਕੰਮ ਕੀਤੇ ਇਨ ਫੈਕਟ ਇਟ ਵਾਸ देयर ਥਿਰੀ ਕਿ ਇਹ ਗਰਮੈਂਟ ਦਾ ਕੰਮ ਨਹੀਂ ਹੈ ਸਾਡਾ ਕੰਮ ਹੈ ਇਹ ਜਿਹੜੇ ਅਸੀਂ ਯੂ نو ਕਈ ਆਰਟ ਸੈਂਟਰਸ ਦੇਖਦੇ ਆ ਕਈ ਅਸੀਂ ਚੈਰਿਟੀਜ਼ ਦੇਖਦੇ ਆ ਸਾਰੀ ਦੁਨੀਆ ਵਿੱਚ ਜਿਹੜਾ ਅਮਰੀਕਨ ਯੂ نو ਕੈਪਟਲਿਸਟ ਹੈ ਉਹ ਹੈਲਪ ਕਰਦਾ ਹੈ but look, more than a, any other nation in the world. Why, why is capitalism? why is this success? why is this money always seen as a negative? i, what I do don't you think? think it's money that is seen as a negative. it mm -hmm. is the fact that it lends itself to exploitative tendencies. Mm -hmm. uh, and we know that happens. Mm -hmm. ਇਹ ਕੈਪੀਟਲਿਸਟ ਜਿਹੜੀ ਸੋਚ ਹੈ ਉਹ ਨੇਚਰ ਨੂੰ ਇੱਕ ਰਿਸੋਰਸ ਤੋਂ ਜ਼ਿਆਦਾ ਨਹੀਂ ਮੰਨਦੀ ਹੂੰ ਹੂੰ ਪਰ ਨੇਚਰ ਅਰਾਊਂਡ ਮੀ ਔਰ ਉਹਦੇ ਸਾਰੇ ਜਿਹੜੇ ਉਹਦੇ ਅੰਦਰ ਰਿਸੋਰਸਸ ਨੇ ਉਹ ਮੇਰੇ ਵਰਤਨ ਲਈ ਇਹ ਵੈਸਟਰਨ ਥਿੰਕਿੰਗ ਹੈਗੀ ਹੈ ਜੀ ਓਕੇ ਇਹ ਹੁਣ ਬਦਲ ਰਹੀ ਹੈ ਵੀ ਆਰ ਵੀ ਆਰ ਨਾਊ ਮੋਰ ਕਨਸਰਨਡ ਵਿਦ ਯੂ ਨੋ ði ਐਨਵਾਇਰਨਮੈਂਟ ਬਟ ði ਫੈਕਟ ਆਫ ði ਮੈਟਰ ਇਜ਼ ਕਿ ਇਹ ਸਾਡੇ ਵਾਸਤੇ ਇੱਕ ਰਿਸੋਰਸ ਹੈ ਜਿਸ ਨੂੰ ਕਿ ਅਸੀਂ ਐਕਸਪਲੋਇਟ ਕਰਨਾ ਹੈ ਉਦੇ ਆਧਾਰ ਤੇ ਸੀ ਯੂ نو ਭਾਵੇਂ ਉਹ ਤੇਲ ਹੋਵੇ ਭਾਵੇਂ ਕੁਝ ਵੀ ਹੋਵੇ ਜੀ ਬਟ ਉਸ ਨੂੰ ਯੂਜ਼ ਕਰਨਾ ਹੈ ਉਸ ਦਾ ਫਾਇਦਾ ਚੱਕਣਾ ਹੈ ਕਿ ਉਸ ਨੂੰ ਐਕਸਪਲੋਇਟ ਕਰਨਾ ਹੈ ਦੇਖਣਾ ਅਸੀਂ ਰਿਸੋਰਸ ਦਾ ਫਾਇਦਾ ਚੁੱਕ ਚੁੱਕੇ ਕੀ ਹਾਲ ਕਰ ਦਿੱਤਾ ਜ਼ਿਆਦਾ ਕਰ ਗਏ ਜੀ ਹੱਥ ਚੁੱਕ ਲਈ ਨਾ ਜੀ ਸੋ ਗੁਰੂ ਜੀ ਕਹਿੰਦੇ ਨੇ ਐਸਾ ਸੰਤ ਮੋਕੋ ਨਾ ਭਾਵੇਂ ਜਿਹੜਾ ਕਿ ਮਤਲਬ ਹੈ ਕਿ ਜ਼ਰੂਰਤ ਤੋਂ ਜ਼ਿਆਦਾ ਉਹ ਕਹਿ ਰਹੇ ਹਨ ਤੂੰ ਓਨਰ ਨਹੀਂ ਹੈ ਰਿਸੋਰਸ ਦਾ ਤੂੰ ਸਿਰਫ ਕਸਟੋਡੀਅਨ ਹੈਗਾ ਜੀ ਯੂ ਆਰ ਅ ਸਟੂਅਰਡ ਆਫ ਥੀਸ ਰਿਸੋਰਸਸ ਥੈਟ ਹੈਵ ਬੀਨ ਗਿਵਨ ਟੂ ਯੂ ਇਹ ਬੜਾ ਵੱਡਾ ਮੋਡਲਾ ਫਰਕ ਹੈ ਜੀ 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 ਓਨਰਸ਼ਿਪ ਤੇਰੀ ਨਹੀਂ ਹੈ ਜੀ ਪਰ ਕੈਪੀਟਲਿਸਟ ਸੁਸਾਇਟੀ ਇਹ ਵਾਲੀ ਸੁਸਾਇਟੀ ਖਲੋਤੀ ਹੋਈ ਹੈ ਲੋਕ ਨੇ ਐਕਚੁਅਲੀ ਪ੍ਰੋਪਰਟੀ ਰਾਈਟਸ ਦੀ ਗੱਲ ਕੀਤੀ ਸੀ ਜੀ ਕਿ ਬੰਦੇ ਦੀ ਪ੍ਰੋਪਰਟੀ ਸਿਕਿਉਰ ਹੋਣੀ ਚਾਹੀਦੀ ਹੈ ਇਥੇ ਉਹ ਕਹਿ ਰਹੇ ਨੇ ਤੂੰ ਸਿਰਫ ਇੱਕ ਕਸਟੋਡੀਅਨ ਹੈਗਾ ਜੀ ਇਹ ਜੋ ਕੁਝ ਵੀ ਦੇ ਇਦਾਰਾ ਹੈ ਯੂ ਆਰ ਇਹਨੂੰ ਅੱਛਾ ਇੱਕ ਸਟੂਅਰਡ ਬੰਤੋ ਇਹਨਾਂ ਰਿਸੋਰਸਸ ਨੂੰ ਚੰਗੀ ਤਰ੍ਹਾਂ ਵਰਤ ਕਮਿਊਨਿਸਟ ਸੋਸਾਇਟੀ ਵਾਸ ਪ੍ਰੋਪਰਟੀ ਦੀ ਪ੍ਰਾਈਵੇਟ ਓਨਰਸ਼ਿਪ ਨਹੀਂ ਹੁੰਦੀ। ਕੀ ਤੁਸੀਂ ਕਹਿ ਰਹੇ ਹੋ ਕਿ ਇਜ਼ੈਟ ਦਾ ਥੋਟ ਗੁਰੂ ਨਾਨਕ ਦੇ ਪਰ ਨਾ ਨਾ ਨੋ ਮੈਂ ਉਹ ਨਹੀਂ ਕਹਿ ਰਿਹਾ। ਮੈਂ ਕਹਿ ਰਿਹਾ ਹਾਂ ਕਿ ਆਪਣੇ এনवायरमेंट ਨੂੰ ਮਿਸਯੂਜ਼ ਕਰਨਾ ਜੀ ਐਕਸਪਲੋਇਟ ਕਰਨਾ ਇਨ ਅ ਇਨ ਅ ਬੈਡ ਵੇ ਜੀ ਐਕਸੈਸ ਕਰਨੀ ਜੀ ਉਹ ਜਿਹੜੀ ਸੋਚ ਹੈ ਉਹ ਗੁਰੂ ਨਾਨਕ ਦੀ ਸੋਚ ਨਹੀਂ ਹੈ ਕਿਉਂਕਿ ਉਹਨਾਂ ਨੇ ਤਾਂ ਕੁਦਰਤ ਨੂੰ ਮਤਲਬ ਹੈ ਕਿ ਰੱਬ ਮੰਨਿਆ ਸੋ ਦੇਰਫੋਰ ਜੀ ਜੀ ਅਗਰ ਗੁਰੂ ਨਾਨਕ ਦੀ ਪੋਲਿਟੀਕਲ ਆਈਡੀਓਲੋਜੀ ਦੀ ਗੱਲ ਕਰੀਏ ਤੇ ਕੀ ਤੁਹਾਨੂੰ ਉਸ ਦੇ ਵਿੱਚ ਕੁਝ ਸਿਮਿਲੈਰਿਟੀਆਂ ਨਜ਼ਰ ਆਉਂਦੀਆਂ ਯੂਐਸ ਕਨਸਟੀਟਿਊਸ਼ਨ ਨਾਲ ਹਲਮੀ ਰਾਜ ਕਿਸ ਚੀਜ਼ ਨੂੰ ਕਿਹਾ ਗਿਆ ਤੇ ਕੋ ਹਲਮੀ ਰਾਜ ਐਸਾ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਨੇ ਕਿ ਵੀ ਅਸੀਂ ਵੀ ਮੰਨਦੇ ਆ ਕਿ ਇੱਕ ਬੰਦੇ ਦੀ ਦੂਸਰੇ ਬੰਦੇ ਦੇ ਉੱਤੇ ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ ਅਸੀਂ ਮੰਨਦੇ ਆ ਨਾ ਇਸ ਗੱਲ ਨੂੰ ਇਨ ਥਿਊਰੀ ਤੇ ਮੰਨਦੇ ਹੀ ਆ ਜੀ all men are created equal ji ji but the fact of the matter is ki are they really equal ek debate di gall hai ji 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 so ethe asi kange ji 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 ravinder singh ji a ji a ek bahut vaddi debate di gall hai aur i believe ke ਅਸੀਂ ਇਸ ਇੰਪੋਰਟੈਂਟ ਇਸ਼ੂ ਇਸ ਇੰਪੋਰਟੈਂਟ ਟਾਪਿਕ ਦੇ ਨਾਲ ਜਸਟਿਸ ਨਹੀਂ ਕਰ ਪਾਗੇ ਵਿਦ ਦਿ ਲिटल ਟਾਈਮ ਵੀ ਹੈਵ ਆਈ ਥਿੰਕ ਵੀਲ ਹੈਵ ਟੂ ਗੈਟ ਯੂ ਇਨ ਹੇਅਰ ਅਗੇਨ ਫॉर ਅ ਫੁੱਲ ਐਪੀਸੋਡ ਔਨ ਥਿਸ ਪਰਟिकुलर ਟਾਪਿਕ ਕਿ ਗੁਰੂ ਨਾਨਕ ਦਾ ਸਿੱਖੀ ਦਾ ਜਿਹੜਾ ਫਲਸਫਾ ਹੈ ਉਸ ਨੂੰ ਅਸੀਂ ਵਿਜ਼-ਅਰਡ ਅਜਕਲ ਦੇ ਜਿਹੜੇ ਪੋਲਿਟੀਕਲ ਰਿਐਲਿਟੀਜ਼ ਹਨ ਉਹਨਾਂ ਦੇ ਨਾਲ ਕਿਵੇਂ ਸਮਝ ਸਕਦੇ ਹਾਂ ਕਿਵੇਂ ਉਸ ਨੂੰ ਅੰਡਰਸਟੈਂਡ ਕਰ ਸਕਦੇ ਹਾਂ ਮੈਂ um, ਆਮ I'm very appreciative of that because ਮੇਰੇ ਖਿਆਲ ਵਿੱਚ ਉਹ ਲੋਕੀ ਆਮ ਮੈਨੂੰ ਪੁੱਛਦੇ ਰਹਿੰਦੇ ਨੇ ਤੁਸੀਂ ਰਿਪਬਲਿਕਨ ਹੋ ਕਿ ਡੈਮੋਕ੍ਰੇਟ ਹੋ ਮੈਂ ਉਹਨਾਂ ਨੂੰ ਕਹਿਣਾ ਯਾਰ ਤੁਸੀਂ ਸਿੱਖ ਹੋ ਜੀ ਤੁਸੀਂ ਗੁਰੂ ਨਾਨਕ ਨੂੰ ਸਮਝੋ ਜੀ ਉਹ ਉਹਨਾਂ ਨੇ ਜਿਹੜੇ ਸਿਸਟਮਸ ਬਣਾਏ ਨੇ ਉਹ ਕਿਧਰੇ ਫਿੱਟ ਹੋਣ ਵਾਸਤੇ ਨਹੀਂ ਬਣਾਏ ਜੀ ਉਹਨਾਂ ਨੇ ਨਵੇਂ ਸਿਸਟਮਸ ਕ੍ਰੀਏਟ ਕੀਤੇ ਨੇ ਰਵਿੰਦਰ ਜੀ ਇਸ ਇਸ ਗੱਲ ਤੇ ਇਸ ਗੱਲ ਤੇ ਤੁਹਾਨੂੰ ਹੋਰ ਐਕਸਪੈਂਡ ਕਰਨਾ ਪਏਗਾ ਆਈ ਹੋਪ ਯੂ ਕੈਨ ਜੁਆਇਨ ਅਸ ਦ ਵੈਰੀ ਨੈਕਸਟ ਵੀਕ ਅਸੀਂ ਇਸ ਚੀਜ਼ ਨੂੰ ਇਸ ਗੱਲ ਨੂੰ ਕੰਟੀਨਿਊ ਰੱਖਾਂਗੇ ਅਸੀਂ ਅਗਲੇ ਹਫਤੇ ਰਵਿੰਦਰ ਜੀ ਨੂੰ ਫਿਰ ਲੈ ਕੇ ਆਂਗੇ ਤੁਸੀਂ ਵੇਖਦੇ ਰਹੋ ਦ ਵੇ ਫੋਰਵਰਡ